ਘਰ ਵੇਚਣ ਨੂੰ ਤਿਆਰ ਹੈ। ਕਿਉਂ ਜੀ? ਕਿਉਂਕਿ ਪਾਣੀ ਦਾ ਨਿਕਾਸ ਨਹੀਂ ਹੋ ਰਿਹਾ, ਪਾਣੀ ਘਰਾਂ 'ਚ ਵੜ ਰਿਹਾ ਜੀ। ਇਹ ਸਾਰੇ ਪਿੰਡ ਦੇ ਮਤਲਬ ਸਲਾਹ ਕਰ ਲਈ ਸਾਰਿਆਂ ਨੇ ਵੇਚਣਾ? ਹਾਂ, ਸਾਰੇ ਗਵਾਰਡ ਨੇ ਸਲਾਹ ਕਰ ਲਈ, ਕੌਡਲ ਨਾਲ ਗਵਾਰਡ ਆ ਜੀ, ਸਾਰੇ ਗਵਾਰਡ ਨੇ ਸਲਾਹ ਕਰ ਲਈ ਵੀ ਸਾਡੇ ਘਰ ਵਿਕਾਓ ਜੀ। ਮੇਰਾ ਘਰ ਇਦੂ ਪਹਿਲਾਂ 2 ਵਜੇ ਡਿੱਗ ਪਿਆ, 3 ਵਜੇ ਡਿੱਗਣ ਨੂੰ ਫਿਰ ਤਿਆਰ ਆ, ਬੁੜੇ ਸਾਡਾ ਹੁਣ ਅਸੀਂ ਪਾਵਾਂਗੇ ਕਿਵੇਂ? ਫਿਰ ਅਸੀਂ ਵਿਕਾਊ ਕਰਤਾ, ਰਾਤ ਨਹੀਂ ਨਿਕਲਦੀ ਜੀ। ਤੁਸੀਂ ਮਾੜੇ ਪੈ ਕੇ ਵੇਖੋ, ਸਾਡੇ ਮਕਾਨ 'ਚ 10 ਮਿੰਟ ਨਹੀਂ ਪੈ ਸਕਦੇ, ਬਿਮਾਰੀਆਂ ਵੀ ਬਹੁਤ ਫੈਲਦੀਆਂ। ਅਸੀਂ ਤਾਂ ਬੁਰਾ ਹਾਲ ਹੈ ਜੀ, ਅਸੀਂ ਤਾਂ ਨਿੱਤ ਡਾਕਟਰਾਂ 'ਤੇ ਰਹਿੰਦੇ ਹਾਂ, ਘਰੇ ਵੜਦੇ ਹੀ ਨਹੀਂ। ਇਹ ਬਾਟੀ ਕੱਢੇ ਦਿਖਾਉਂਦੀ ਹੈ ਸਰਕਾਰ ਦੇ, ਆਹ ਦੇਖ ਲਓ ਬੱਟ ਕੱਢੇ ਪਏ ਆ। ਵਿਕਾਸ ਦੱਸਦਾ ਗਾ, ਚੀਕਾਂ ਮਾਰੀ ਜਾਂਦਾ ਵਿਕਾਸ ਤਾਂ ਵਿਚਾਰਾ। ਤਾਂ ਇੰਨਾ ਬੁਰਾ ਹਾਲ ਹੈ ਜੀ, ਅਸੀਂ ਅੰਦਰ ਵੜ ਵੜ ਟਾਈਮ ਪਾਸ ਕਰਦੇ ਹਾਂ ਜੀ। ਡੇਂਗੂ ਬੁਖਾਰ ਉਹ ਹਰ ਹਾਲਤ 'ਚ ਹੋਈ ਜਾਂਦਾ ਜੀ ਸਾਨੂੰ। ਕਿਤੇ ਕੋਈ ਸੁਣਵਾਈ ਨਹੀਂ, MLA ਨੂੰ 3-4 ਵਾਰੀ ਮਿਲੇ ਸੀਗੇ, ਉਹਨੇ ਬੇਇੱਜ਼ਤੀ ਜੀ ਕਰਕੇ ਤੋਰਤਾ ਸੀਗਾ। ਤੁਹਾਨੂੰ ਜਵਾਬ ਹੀ ਉਲਟ ਦੇ ਦਿੰਦੇ ਆ ਵੀ ਕਈ ਕੀ ਪਤਾ ਤੁਸੀਂ ਵੋਟਾਂ ਪਾਵਾਂਗਾ ਕਿ ਨਹੀਂ ਪਾਵਾਂਗਾ। ਅਸੀਂ ਉਹਨਾਂ ਨੂੰ ਆਖਿਆ ਵੀ ਇਹ ਹੱਲ ਕਰਵਾ ਦਿਓ, ਕਹਿੰਦਾ ਕੋਰਟ 'ਚ ਜਾਓ, ਮੈਂ ਨਹੀਂ ਤੁਹਾਡਾ ਨਿਬੇੜ ਸਕਦਾ। ਵੀ ਅਸੀਂ ਤੇਰਾ ਮੂੰਹ ਦੇਖਣ ਨੂੰ ਵੋਟਾਂ ਪਾਈਆਂ ਸੀ, ਉਦੋਂ ਐਂ ਦੱਸੋ ਪਹਿਲਾਂ। ਹੱਸ ਕੇ ਇੱਥੇ ਬਿਸਕੁਟ ਖਾ ਕੇ ਤੁਰ ਜਾਂਦਾ, ਉੱਥੇ ਅਸੀਂ ਉਹਨੂੰ ਵੀਡੀਓ ਨੂੰ ਆਖਿਆ ਵੀ ਸਾਡਾ ਇਹ ਹੱਲ ਕਰਵਾ, ਉਹ ਕਹਿੰਦਾ ਯਾਰ ਜਿਹੜੇ ਬਿਸਕੁਟ ਅਤੇ ਚਾਹ ਪਾਣੀ ਦਾ ਖਰਚਾ ਉਹ ਮੈਂ ਕਿੱਥੋਂ ਭਰੂੰਗਾ, ਕਹਿੰਦਾ ਤੁਹਾਡਾ ਤਾਂ ਹੱਲ ਬਾਅਦ ਦੀ ਗੱਲ ਹੈ। ਤੁਸੀਂ ਵੀ ਘਰ ਵੇਚਣਾ ਬੇਟਾ ਆਪਣਾ? ਪਾਣੀ ਦੀ ਸਮੱਸਿਆ ਕਰਕੇ ਕਿਸੇ ਨੂੰ ਅਸੀਂ ਕੋਈ ਸਬਜ਼ੀ ਵੀ ਨਹੀਂ ਲੈ ਸਕਦੇ, ਅਸੀਂ ਤਾਂ ਬਿਨਾਂ ਸਬਜ਼ੀ ਤੋਂ ਪੈ ਜਾਂਦੇ। ਸਬਜ਼ੀ ਵਾਲਾ ਖੁਦ ਨਹੀਂ ਆਉਂਦਾ ਹੋਣਾ? ਆਉਂਦਾ ਹੀ ਨਹੀਂ ਜੀ, ਕਿਸੇ ਨੰਗੀ ਦਾ ਨਹੀਂ। ਦੇਖੋ ਜੀ ਮੱਛਰ ਨਾਲ ਕੀ ਹਾਲ ਹੋਇਆ ਪਿਆ ਜੀ, ਦਿਨ ਰਾਤ ਡਾਕਟਰਾਂ ਕੋਲ ਜਾ ਜਾ ਕੇ ਸਾਡਾ ਟਾਈਮ ਪਾਸ ਹੁੰਦਾ ਜੀ, ਨਾ ਕੋਈ ਆ ਸਕਦਾ ਜੀ, ਨਾ ਕਿਸੇ ਪਾਸੇ ਜਾ ਸਕਦੇ ਹਾਂ ਜੀ। ਆ ਗੰਦੇ 'ਚ ਪੈਰ ਧਰਦੇ, ਡੱਗਾਂ ਦਾ ਪਾਣੀ ਹੈ, ਗੰਦਗੀ ਇੰਨੀ ਦੀ, ਰੋਟੀ ਵੀ ਨਹੀਂ ਹਜ਼ਮ ਆਉਂਦੀ, ਮੁਸ਼ਕ ਆਉਂਦਾ ਰੋਟੀ ਖਾਂਦਿਆਂ ਨੂੰ ਵੀ। ਜਿਵੇਂ ਸਰਕਾਰ ਬਣੀ ਨੂੰ ਮੰਨ ਲਓ 2 ਸਾਲ ਹੋ ਗਏ, ਇਹਨਾਂ ਨੇ ਇਹ ਕਹਿੰਦੇ ਕਿ ਵਿਕਾਸ ਬਹੁਤ ਕਰ ਰਹੇ ਸੀ ਤਾਂ ਪਿੰਡਾਂ ਦੇ ਵਿੱਚ। ਹਾਂਜੀ, ਉਹ ਤਾਂ ਕਾਗਜ਼ੀ ਵਿਕਾਸ ਤਾਂ ਬਥੇਰਾ ਜੀ, ਪਰ ਊਂ ਨਹੀਂ ਹੋਇਆ ਜੀ, ਆਹ ਦੇਖੀ ਜਾਂਦਾ ਵਿਕਾਸ ਤਾਂ ਤੁਸੀਂ ਸਾਹਮਣੇ। ਬੱਚਿਆਂ ਨੂੰ ਵੀ ਬਾਹਰ ਕੱਢ ਸਕਦੇ, ਬੱਚੇ ਸਕੂਲ ਬੈਨਾਂ ਖੜ੍ਹ ਜਾਂਦੀਆਂ ਨੇ ਇੱਥੇ, ਬਾਹਰ ਜਾ ਕੇ ਅੱਡੇ 'ਤੇ ਜਾ ਕੇ ਚੜ੍ਹਾ ਕੇ ਆਉਂਦੇ ਬੱਚਿਆਂ ਨੂੰ ਜੀ। ਵੋਟਾਂ ਆਉਣਗੀਆਂ, ਲੀਡਰ ਬਹੁਤ ਆਉਣਗੇ ਪਿੰਡ 'ਚ, ਫਿਰ ਜੀ ਉਹ ਜਿਵੇਂ ਆਉਣਗੇ ਉਵੇਂ ਮੁੜ ਜਾਣਗੇ, ਜਿਵੇਂ ਹੁਣ ਅਸੀਂ ਬੋਲ ਕੇ ਹਟ ਜਾਂਦੇ ਉਹ ਬੋਲ ਕੇ ਮੁੜ ਜਾਣਗੇ। ਕਿਵੇਂ ਭਾਈ, ਤੁਸੀਂ ਵੀ ਘਰ ਵੇਚਣਾ? ਹਾਂਜੀ, ਅਸੀਂ ਵੀ ਘਰ ਵੇਚਣਾ ਜੀ। ਹੁਣ ਜਦੋਂ ਲੰਘੇ ਹੀ ਨਹੀਂ ਜੀ, ਅਸੀਂ ਕੀ ਕਰੀਏ ਜੀ? ਹੁਣ ਕੋਈ ਰਿਸ਼ਤੇਦਾਰ ਨਹੀਂ ਆਉਂਦਾ, ਕੋਈ ਹੋਰ ਨਹੀਂ, ਹੁਣ ਇਹਦੇ ਗੰਦ ਬੀਜਦੀ ਕੌਣ ਲੰਘਦਾ, ਹੁਣ ਨਾ ਅਸੀਂ ਆਪ ਜਾ ਸਕਦੇ ਹਾਂ ਕਿਤੇ। ਹਾਲੇ ਤਾਂ ਬਾਰਿਸ਼ਾਂ ਸਟਾਰਟ ਹੋਣਗੀਆਂ, ਮੱਛਰ ਨਾਲ ਬੁਰਾ ਹਾਲ ਹੈ, ਛੋਟੇ ਛੋਟੇ ਬੱਚੇ ਹੈ, ਬਜ਼ੁਰਗ ਹੈ, ਡਿੱਗ ਜਾਣਗੇ, ਨੁਕਸਾਨ ਹੀ ਹੋਏਗਾ। ਕੋਈ ਰਿਸ਼ਤੇਦਾਰ ਸਾਖ ਸੰਬੰਧੀ ਪ੍ਰਾਹੁਣੇ ਨੇ ਉਹਨਾਂ ਕੁੜੀ ਨੇ ਉਹਨਾਂ ਸੀ ਉਹੀ ਮੇਰਾ ਬੱਚਾ, ਅਤੇ ਉਹ ਵੀ ਨਹੀਂ ਆ ਸਕਦੇ, ਕਹਿੰਦੇ ਨੇ ਜੀ ਗੱਡੀ ਨਹੀਂ ਲੰਘਦੀ ਸਾਡੇ ਬਾਰ 'ਚ ਦੀ, ਤਾਂ ਉਹ ਕਹਿੰਦੇ ਕਿਉਂ ਨਹੀਂ ਲੰਘਦੀ, ਅਸੀਂ ਅੱਖਾਂ ਟੁੱਬੇ ਦਾ ਪਾਣੀ ਸਾਡੇ ਬਾਰ 'ਚ। ਲੋਕ ਆਵਾਜ਼ TV ਨਾਲ ਜੁੜੇ ਹੋ ਤੁਸੀਂ, ਮੈਂ ਹਮਤਾਜ, ਇਸ ਵਕਤ ਅਸੀਂ ਪਿੰਡ ਬਾਲਿਆਂ ਵਾਲੀ ਵਿੱਚ ਖੜ੍ਹੇ ਹਾਂ, ਲੋਕਾਂ ਦੇ ਹੱਥ ਵਿੱਚ ਤੁਸੀਂ ਤਖਤੀਆਂ ਦੇਖ ਰਹੇ ਹੋ ਜਿਨ੍ਹਾਂ ਦੇ ਉੱਤੇ ਲਿਖਿਆ ਕਿ ਮੇਰਾ ਘਰ ਵਿਕਾਊ ਹੈ, ਮੇਰਾ ਘਰ ਵਿਕਾਊ ਹੈ, ਪੰਜਾਬ ਸਰਕਾਰ ਮੁਰਦਾਬਾਦ, ਮੇਰਾ ਘਰ ਵਿਕਾਊ ਹੈ। ਬਾਈ ਨੇ ਤਾਂ ਕੁੜਤੇ ਨਾਲ ਪੱਕਾ ਹੀ ਪੋਸਟਰ ਜਿਹੜਾ ਬੰਨ ਲਿਆ। ਘਰ ਵਿਕਾਊ ਕਿਉਂ ਹੈ ਉਹਦਾ ਕਾਰਨ ਤੁਸੀਂ ਦੇਖ ਸਕਦੇ ਹੋ, ਜੂਮ ਆਊਟ ਕਰਕੇ ਦਿਖਾਓ। ਮੈਂ ਕਹਿੰਦਾ ਕਿ ਜਿਹੜਾ ਥੱਲੇ ਹੈ ਉਹ ਨਰਕ ਹੈ, ਇਹ ਘਰਾਂ ਦੇ ਵਿੱਚ ਪਾਣੀ ਪੈ ਰਿਹਾ ਗੰਦਾ, ਲੰਮੇ ਸਮੇਂ ਤੋਂ ਜਿਹੜੇ ਘਰ ਨੇ, ਜਿਹੜੇ ਲੋਕ ਨੇ ਉਹ ਨਰਕ ਦੀ ਜ਼ਿੰਦਗੀ ਜਿਉਂ ਰਹੇ ਹੈ। ਉਹਨਾਂ ਨੇ ਬੜੀਆਂ ਗੁਹਾਰਾਂ ਲਗਾਈਆਂ ਪਰ ਹਾਲੇ ਤੱਕ ਕਿਸੇ ਨੇ ਸੁਣਵਾਈ ਨਹੀਂ ਕੀਤੀ, ਤਾਂ ਅੱਕ ਕੇ ਪਿੰਡ ਵਾਲਿਆਂ ਨੇ ਜਿਹੜੇ ਘਰ ਹੈ ਉਹ ਆਪਣੇ ਵਿਕਾਊ ਕਰ ਦਿੱਤੇ। ਉਹਨਾਂ ਦਾ ਕਹਿਣਾ ਕਿ ਅਸੀਂ ਇੱਥੇ ਨਹੀਂ ਰਹਿਣਾ ਕਿਉਂਕਿ ਸਾਨੂੰ ਇੱਥੇ ਨਰਕ ਦੀ ਜ਼ਿੰਦਗੀ ਜਿਉਣ ਲਈ ਰਹਿਣਾ ਪੈ ਰਿਹਾ। ਬਾਈ, ਸਭ ਤੋਂ ਪਹਿਲਾਂ ਤਾਂ ਜਿਹੜੇ ਮੈਂ ਪੋਸਟਰ ਦੇਖ ਰਿਹਾ ਮੇਰਾ ਘਰ ਵਿਕਾਊ ਹੈ, ਕੀ ਲੋੜ ਪੈ ਗਈ ਸਾਰੇ ਪਿੰਡ ਨੂੰ ਘਰ ਵੇਚਣ ਦੀ? ਸਾਰਿਆਂ ਦੇ ਹੱਥ ਵਿੱਚ ਪੋਸਟਰ ਫੜੇ ਹੋਏ ਆ। ਅਸੀਂ ਜੀ ਪੰਜਾਬ ਸਰਕਾਰ ਨੂੰ ਅਤੇ ਸਾਰੇ ਪ੍ਰਸ਼ਾਸਨ ਨੂੰ ਅਤੇ ਵੀਡੀਓ ਨੂੰ
ਜਈ ਨੂੰ ਹੋਰ ਸਾਰਿਆਂ ਨੂੰ ਬਹੁਤ ਵਾਰੀ ਬੇਨਤੀ ਕਰਤੀ ਜੀ ਅਤੇ ਸਾਡਾ ਕੋਈ ਹੱਲ ਨਹੀਂ ਹੋ ਰਿਹਾ ਜੀ ਅਤੇ ਬਸ ਕਹਿ ਦਿੰਦੇ ਕੋਈ ਨਹੀਂ ਦੇਖਾਂਗੇ ਕੋਈ ਨਹੀਂ ਮੌਕਾ ਦੇਖਦੇ ਹਾਂ ਮੌਕਾ ਦੇਖ ਕੇ ਮੁੜ ਜਾਂਦੇ ਸਾਡਾ ਕੋਈ ਹੱਲ ਨਹੀਂ ਹੋ ਰਿਹਾ ਜੀ ਇਹ ਕੀ ਦਿੱਕਤ ਕੀ ਹੈ ਸਾਰੀ ਇਹ ਪਾਣੀ ਦਾ ਕੀ ਚੱਕਰ ਹੈ ਬਸ ਇਹ ਥੋੜ੍ਹਾ ਥਾਂ ਮੂਹਰੋਂ ਸਰਕਾਰੀ ਆ ਜੀ ਉਹ ਕੋਈ ਮੂਹਰੋਂ ਕਬਜ਼ਾ ਕਰੀ ਬੈਠਾ ਇੱਕ ਘਰ ਅਤੇ ਬਸ ਕੋਈ ਹੱਲ ਨਹੀਂ ਹੋ ਰਿਹਾ ਉਹਨੂੰ ਕੋਈ ਨਹੀਂ ਜਾ ਕੇ ਕਹਿੰਦਾ ਪਤਾ ਨਹੀਂ ਕੀ ਗੱਲ ਆ ਇਹ ਉਹਨਾਂ ਨੂੰ ਸਰਕਾਰ ਨੂੰ ਪਤਾ ਕਿਉਂ ਨਹੀਂ ਕਹਿ ਰਹੇ ਜੀ ਠੀਕ ਹੈ ਵੀ ਉਹਦੇ ਕਾਰਨ ਜਿਹੜਾ ਪਾਣੀ ਹੈ ਗੰਦਾ ਉਹ ਘਰਾਂ ਦੇ ਵਿੱਚ ਵੜਦਾ ਸਰ ਹਾਂਜੀ ਇਹ ਪਾਣੀ ਗਾਹਾਂ ਵਿਕਾਸ ਨਹੀਂ ਹੋ ਰਿਹਾ ਟੋਭਾ ਭਰ ਗਿਆ ਟੋਭੇ ਭਰ ਕੇ ਹੁਣ ਪਾਣੀ ਵਾਪਸ ਨਾਲੀਆਂ ਦੀਆਂ ਗਲੀਆਂ ਦੇ ਵਿੱਚ ਵੜਨ ਲੱਗ ਗਿਆ ਜੀ ਬਾਈ ਤੁਸੀਂ ਜਿਵੇਂ ਆ ਮਤਲਬ ਕੁੜਤੇ 'ਤੇ ਪੱਕਾ ਟੰਗ ਲਿਆ ਮੇਰਾ ਘਰ ਘਰ ਵਿੱਚ ਨਾ ਤੁਸੀਂ ਆਪਣਾ ਘਰ ਵਿੱਚ ਨੂੰ ਤਿਆਰ ਹੈ ਜੀ ਕਿਉਂ ਜੀ ਕਿਉਂਕਿ ਪਾਣੀ ਦਾ ਨਿਕਾਸ ਨਹੀਂ ਹੋ ਰਿਹਾ ਪਾਣੀ ਘਰਾਂ 'ਚ ਵੜ ਰਿਹਾ ਜੀ ਇਸ ਲਈ ਵਿਕਾਊ ਕਰਿਆ ਕਰ ਵਿਕਾਊ ਕਰਦਾ ਕਰ ਹਾਂਜੀ ਇਹ ਸਾਰੇ ਪਿੰਡ ਦੇ ਮਤਲਬ ਸਲਾਹ ਕਰ ਲਈ ਸਾਰਿਆਂ ਨੇ ਵਿੱਚ ਨਾ ਹਾਂ ਸਾਰੇ ਗਵਾਰਡ ਨੇ ਸਲਾਹ ਕਰ ਲਈ ਕੌਡਲ ਨਾਲ ਗਵਾਰਡ ਆ ਜੀ ਸਾਰੇ ਗਵਾਰਡ ਨੇ ਸਲਾਹ ਕਰ ਲਈ ਵੀ ਸਾਡੇ ਘਰ ਵਿਕਾਊ ਨੇ ਜਿੰਨਾ ਘਰਾਂ 'ਚ ਪਾਣੀ ਵੜ ਰਿਹਾ ਮਤਲਬ ਸਾਰਿਆਂ ਦੀ ਇਹ ਮਤਲਬ ਬੁਰਾ ਹਾਲ ਹੋਇਆ ਪਿਆ ਹਾਂਜੀ 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 ਬਾਪੂ ਜੀ ਹਾਂਜੀ ਐਵੇਂ ਜਿਕੜੀ ਹੈ ਜੀ ਸਾਰਿਆਂ ਨੂੰ ਹੀ ਬੁਰਾ ਹਾਲ ਹੋਇਆ ਪਿਆ ਹੈਗਾ ਅਤੇ ਘਰ ਵਿਕਾਊ ਕਰੀ ਬੈਠੇ ਹਾਂ ਅਸੀਂ ਤਾਂ ਵਿਕਾਊ ਕਰੀ ਬੈਠੇ ਹਾਂ ਹਾਂਜੀ ਕੋਈ ਗੱਲਬਾਤ ਨਹੀਂ ਕੀਤੀ ਪ੍ਰਸ਼ਾਸਨ ਦੇ ਨਾਲ ਵੀ ਇਹਦਾ ਹੱਲ ਬਥੇਰਾ ਕੀਤਾ ਜੀ ਉਹਨਾਂ ਨੇ ਗੌੜ ਨਹੀਂ ਕੀਤੀ ਕਿ ਅਗਰ ਗਾਹਾਂ 'ਚ ਗਾਹਾਂ ਜਾਓ ਤੁਸੀਂ ਅੱਛਾ ਗਾਹਾਂ ਫਲਾਨੇ ਕੋਲ ਜਾਓ ਕਿਉਂਕਿ ਕੋਈ ਜਿਹਦਾ ਹੱਕ ਬਣਦਾ ਹੈ MLA ਦਾ ਉਹ ਕਰਾ ਸਕਦਾ ਉਹ MLA ਕਿਹੜਾ ਤੁਹਾਡਾ MLA ਸੁਜੀਤ ਸਿੰਘ ਮੈਸਰਖਾਨਾ ਸੁਖਵੀਰ ਸਿੰਘ ਮੈਸਰਖਾਨਾ ਜੀ ਠੀਕ ਹੈ ਹਲਕਾ ਮੋੜ ਪੈਂਦਾ ਜੀ ਉਹ ਦੋ ਤਿੰਨ ਵਾਰੀ ਆ ਕੇ ਮੁੜ ਚੁੱਕਿਆ ਜੀ ਇੱਥੋਂ ਹੀ ਦੇਖ ਕੇ ਕਹਿੰਦਾ ਕੋਈ ਹੱਲ ਕਰਾਂਗੇ ਆਇਆ ਨਹੀਂ ਹਲ ਤੱਕ ਹੱਲ ਕੋਈ ਹੱਲ ਨਹੀਂ ਹੋਇਆ ਜੀ ਇਹ ਹੈ ਕਦੋਂ ਤੋਂ ਪ੍ਰੋਬਲਮ ਇਹਨੂੰ ਮਹੀਨੇ ਤੋਂ ਮਹੀਨਾ ਲਗਭਗ ਮਹੀਨਾ ਹੋ ਗਿਆ ਜੀ ਮਹੀਨੇ ਹੋ ਗਏ ਜੀ ਹੈ ਦੋ ਤਿੰਨ ਮਹੀਨੇ ਹੋ ਗਏ ਜੀ ਦੋ ਤਿੰਨ ਮਹੀਨੇ ਹੋ ਗਏ ਜੀ ਤਿੰਨ ਮਹੀਨੇ ਹੋ ਗਏ ਹਾਂਜੀ ਤਿੰਨ ਮਹੀਨੇ ਤੋਂ ਇਦਾਂ ਹੀ ਹਾਂਜੀ ਤੁਸੀਂ ਵੀ ਵੇਚਣਾ ਘਰ ਆਉਂਦਾ ਹਾਂਜੀ ਹਾਂਜੀ ਆਹ ਮੇਰਾ ਘਰ ਹੀ ਹੈ ਜੀ ਹਾਂ ਇਹ ਪਹਿਲਾਂ ਵੀ ਡਿੱਗ ਪਿਆ ਜਾਂ ਦੂਜੀ ਵਾਰ ਫੇਰ ਜੀ ਪਾਇਆ ਜੀ ਹੁਣ ਫੇਰ ਪਾਟਿਆ ਪਿਆ ਦੇਖ ਸਕਦੇ ਹੋ ਤੁਸੀਂ ਅਤੇ DC ਕੋਲ ਵੀ ਅਸੀਂ DC ਨੂੰ ਆਪਾਂ ਮਾਂ ਕਹਿੰਦੇ ਜੀ ਜ਼ਿਲ੍ਹੇ ਦੀ ਅਤੇ ਪਰ ਕੋਈ ਸੁਣਵਾਈ ਨਹੀਂ ਹੋਈ ਕਹਿੰਦੇ ਵੀ ਵੋਟਾਂ 'ਚ ਬਸ ਉੱਥੇ ਆਪਦੀਆਂ ਮੀਟਿੰਗਾਂ ਕਰੀ ਗਏ ਦੋ ਵਾਰੀ ਆ ਕੇ ਮੁੜ ਗਏ ADC ਨੂੰ ਮਾਰਕ ਕਰਤੀ ਅਤੇ ਉਦੋਂ ਬਾਅਦ ਸਾਨੂੰ ਕੋਈ ਹੰਗਾਰਾ ਨਹੀਂ ਮਿਲਿਆ ਜੀ ਕੋਈ ਨਹੀਂ ਮਿਲਿਆ ਹਾਂਜੀ ਹੁਣ ਵੋਟਾਂ ਆਉਣ ਵਾਲੀਆਂ ਹੁਣ ਲੀਡਰ ਆਉਣਗੇ ਪਿੰਡ ਦੇ ਵਿੱਚ ਆਉਣ ਦਿਓਗੇ ਫਿਰ ਆਉਣਗੇ ਤਾਂ ਅਸੀਂ ਜਵਾਬ ਦੇਵਾਂਗੇ ਜਿਵੇਂ ਸਰਕਾਰ ਬਣੀ ਨੂੰ ਮੰਨ ਲਓ 2 ਸਾਲ ਹੋ ਗਏ ਇਹਨਾਂ ਨੇ ਇਹ ਕਹਿੰਦੇ ਕਿ ਵਿਕਾਸ ਬਹੁਤ ਕਰ ਰਹੇ ਅਸੀਂ ਤਾਂ ਪਿੰਡਾਂ ਦੇ ਵਿੱਚ ਹਾਂਜੀ ਉਹ ਤਾਂ ਕਾਗਜ਼ੀ ਵਿਕਾਸ ਤਾਂ ਬਥੇਰਾ ਜੀ ਪਰ ਊਂ ਨਹੀਂ ਹੋਇਆ ਜੀ ਆਹ ਦੇਖੀ ਜਾਂਦਾ ਵਿਕਾਸ ਤਾਂ ਤੁਸੀਂ ਸਾਹਮਣੇ ਇਹ ਕਿੰਨੇ ਘਰ ਪ੍ਰਭਾਵਿਤ ਇਹਦੇ ਨਾਲ ਇਹ 150 ਘਰ ਹੈ ਜੀ 150 ਘਰ ਹਾਂਜੀ ਸਾਰਿਆਂ ਦਾ ਹਾਲ ਹੈ ਹਾਂਜੀ ਹਾਂਜੀ ਬਾਹਰ ਨਿਕਲਣ ਤੋਂ ਵੀ ਡਰਦੇ ਹੋਣਗੇ ਵੀ ਬਾਹਰ ਡੱਗਣਾ ਪਈਏ ਕਿਤੇ ਹੋਰ ਡਰ ਤਾਂ ਲੱਗਦੇ ਆ ਕੋਈ ਬੱਚਿਆਂ ਨੂੰ ਵੀ ਨਹੀਂ ਬਾਹਰ ਕੱਢ ਸਕਦੇ ਬੱਚੇ ਸਕੂਲ ਬੈਂਡ ਨਾਲ ਖੜ ਜਾਂਦੇ ਨੇ ਇੱਥੇ ਬਾਹਰ ਜਾ ਕੇ ਅੱਡੇ 'ਤੇ ਜਾ ਕੇ ਚੜਾ ਕੇ ਆਉਂਦੇ ਬੱਚਿਆਂ ਨੂੰ ਵੀ ਕਿਵੇਂ ਭਾਈ ਤੁਸੀਂ ਵੀ ਘਰ ਵੇਚਣਾ ਹਾਂਜੀ ਅਸੀਂ ਵੀ ਘਰ ਵੇਚਣਾ ਜੀ ਹੁਣ ਜਦੋਂ ਲੰਘੇ ਹੀ ਨਹੀਂ ਜੀ ਅਸੀਂ ਕੀ ਕਰੀਏ ਜੀ ਹੁਣ ਕੋਈ ਰਿਸ਼ਤੇਦਾਰ ਨਹੀਂ ਆਉਂਦਾ ਕੋਈ ਹੋਰ ਨਹੀਂ ਹੁਣ ਇਹਦੇ ਗੰਦ ਵੱਜਦੀ ਕੌਣ ਲੰਘਦਾ ਹੁਣ ਨਾ ਅਸੀਂ ਆਪ ਜਾ ਸਕਦੇ ਹਾਂ ਕਿਤੇ ਉਹ ਕਹਿੰਦੇ ਹੋਣਗੇ ਵੀ ਤੁਹਾਡੇ ਤਾਂ ਆਉਣੇ ਨਹੀਂ ਅਸੀਂ ਹਨਾ ਗੰਦ ਨਾ ਨਾ ਅਸੀਂ ਆਪ ਹੀ ਜਵਾਬ ਦੇ ਦਿੰਦੇ ਹਾਂ ਵੀ ਆਇਓ ਨਾ ਬਾਈ ਇਹ ਤੁਹਾਨੂੰ ਦਾ ਕੰਮ ਹੈ ਹੁਣ ਕਿੱਥੋਂ ਹੀ ਨੰਘਾਵਾਂਗੇ ਅਗਲੇ ਨੂੰ ਕਿੱਥੋਂ ਦੀ ਵਾੜਾਂਗੇ ਹੁਣ ਆਹ ਘਰ ਆ ਸਾਡਾ ਹੁਣ ਇਹ ਤਾਂ ਕਿੱਥੋਂ ਹੀ ਲੰਘੂਗਾ ਕੋਈ ਪ੍ਰੋਗਰਾਮ ਵੀ ਕਰਨਾ ਉਹ ਵੀ ਨਹੀਂ ਕਰ ਸਕਦੇ ਨਾ ਨਾ ਕੁਛ ਨਹੀਂ ਕਰ ਸਕਦੇ ਜੀ ਇਹ ਗਲੀ ਨਾ ਇਹ ਗਲੀ ਹੈ ਜਿਹੜੀ ਇਹ ਮੇਨ ਹੈ ਇੱਧਰ ਗੁਰਦੁਆਰਾ ਸਾਹਿਬ ਆ ਗਿਆ ਇੱਧਰ ਹਸਪਤਾਲ ਸਰਕਾਰੀ ਸਕੂਲ ਅਤੇ ਤਹਿਸੀਲ ਸਾਂਝ ਕੇਂਦਰ ਮਤਲਬ ਸਾਰਾ ਕੁਛ ਅਤੇ ਮੇਨ ਬਾਜ਼ਾਰ ਨੂੰ ਵੀ ਇਹੀ ਗਲੀ ਆਉਂਦੀ ਹੈ ਅਤੇ ਇਹਨੂੰ ਹੋ ਗਏ ਮੇਰੇ ਖਿਆਲ 'ਚ 3-4 ਮਹੀਨੇ ਹੋ ਗਏ ਅਤੇ ਇਕੱਲਾ ਇੱਥੇ ਹੀ ਨਹੀਂ ਪਾਣੀ ਹੋਰ ਵੀ ਸਾਡੇ ਪਿੰਡ ਦੇ ਵਿੱਚ ਮਤਲਬ ਕਈ ਥਾਵਾਂ ਦੇ ਬਲੋਕ ਹੈਗਾ ਕਿਤੇ ਕੋਈ ਸੁਣਵਾਈ ਨਹੀਂ MLA ਨੂੰ 3-4 ਵਾਰੀ ਮਿਲੇ ਸੀਗੇ ਉਹਨੇ ਬੇਇੱਜ਼ਤੀ ਜੀ ਕਰਕੇ ਤੋਰਤਾ ਸੀਗਾ ਅਤੇ DC ਦੇ ਵੀ ਦਰਖਾਸਤ ਦਿੱਤੀ ਹੋਈ ਹੈ ਅਤੇ ਬਸ ਇੱਦਾਂ ਕਦੇ ਇੱਥੇ ਐਪਲੀਕੇਸ਼ਨ ਦੇ ਦਿਉ ਉੱਥੇ ਦੇ ਦਿਉ ਬਸ ਐਂ ਕਰਦੇ ਕਰਦੇ ਕੋਡ ਆਫ ਕੰਡਕਟ ਲਵਾ ਤਾ ਸੁਣਵਾਈ ਕਿਤੇ ਨਹੀਂ ਹੋਈ ਹੁਣ ਕਹਿੰਦੇ ਹੋਣਗੇ ਵੀ ਚੋਣ ਜ਼ਾਬਤਾ ਲੱਗਿਆ ਹਾਂ ਹੁਣ ਤਾਂ ਬਸ ਇਹੀ ਬਣਨਾ ਹੈਗਾ ਅਤੇ ਊਂ ਮਤਲਬ ਕੋਈ ਵਿਕਾਸ ਨਹੀਂ ਹੋਇਆ ਬਸ ਇੱਕ ਫੁਕਰ ਫਾਂਡੀ ਮਾਰ ਕੇ ਚਲੇ ਜਾਂਦੇ ਆ ਨੀਂਹ ਪੱਥਰ ਕਾਹਤਰ ਹੈ ਗੁਰਦੁਆਰਾ ਛੱਪੜ ਦੀ ਉਸਾਰੀ ਲਈ ਕਰਿਆ ਜੀ ਨੀਂਹ ਪੱਥਰ ਤਾਂ ਰਹਿ ਹਾਂ ਨੀਂਹ ਪੱਥਰ ਧਰ ਕੇ ਗਏ ਜੀ ਉਸਾਰੀ ਸ਼ੁਰੂ ਨਹੀਂ ਕੀਤੀ ਕੋਈ ਉਸਾਰੀ ਸ਼ੁਰੂ ਨਹੀਂ ਹੋਈ ਜੀ
ਮਤਲਬ ਮਹੀਨੇ ਵਿੱਚ ਤਾਂ ਬਾਕਾ ਦੋ ਤਿੰਨ ਮਹੀਨੇ ਹੋ ਗਏ, ਕਾਫੀ ਨੁਕਸਾਨ ਹੋ ਗਿਆ ਹੁਣ। ਹਾਲੇ ਤਾਂ ਬਾਰਿਸ਼ਾਂ ਨਹੀਂ ਆਈਆਂ, ਆਹ ਮਕਾਨ ਹੈ ਜਿਹੜਾ ਉਹਦੇ ਅੱਧੀ ਕੰਧ ਤੱਕ ਪਾਣੀ ਚੜਿਆ ਪਿਆ ਹੈਗਾ, ਇੱਕ ਵਾਰ ਪਹਿਲੇ ਵੀ ਗਿਰ ਗਿਆ, ਇਹ ਦੁਬਾਰਾ ਹੁਣ ਫਿਰ ਡਿੱਗਣ ਦੀ ਕਗਾਰ 'ਤੇ ਆ, ਅਤੇ ਇੱਦਾਂ ਹੀ ਮਤਲਬ ਹਾਂਜੀ ਹਾਂ। ਅਤੇ ਲੋਕਾਂ ਦਾ ਹੁਣ ਹਾਲੇ ਤਾਂ ਬਾਰਿਸ਼ਾਂ ਸਟਾਰਟ ਹੋਣਗੀਆਂ, ਮੱਛਰ ਨਾਲ ਬੁਰਾ ਹਾਲ ਹੈ, ਛੋਟੇ ਛੋਟੇ ਬੱਚੇ ਹੈ, ਬਜ਼ੁਰਗ ਹੈ, ਡਿੱਗ ਜਾਣਗੇ, ਨੁਕਸਾਨ ਹੀ ਹੋਏਗਾ, ਫਿਰ ਇਸੇ ਕਰਕੇ ਇਹਨੇ ਹੁਣ ਸਾਰੇ ਤੰਗ ਆਏ ਪਏ ਹੈਗੇ। ਆਹ ਤੁਸੀਂ ਕੀ ਫੜਿਆ ਹੋਇਆ ਹੱਥ ਦੇ ਵਿੱਚ ਬੋਰਡ? ਮੇਰਾ ਘਰ ਬਗਾਉ ਤੇ ਮੇਰਾ ਪੰਜਾਬ ਸਰਕਾਰ ਮੁਰਦਾਬਾਦ। ਮੁਰਦਾਬਾਦ ਘਰ ਤੁਸੀਂ ਵੇਚਣਾ? ਕਾਹਤੋਂ ਵੇਚਣਾ? ਇੱਥੇ ਨਰਕ ਬਹੁਤ ਆ। ਨਰਕ ਬਹੁਤ ਆ ਨਾ? ਹਾਂਜੀ। ਇੱਥੇ ਤੁਸੀਂ ਲਾ ਖੇਡਦੇ ਖੁੱਡਦੇ ਹੈਗੇ ਹੋ ਇੱਧਰੋਂ ਦੀ? ਫਿਰ ਇੱਧਰ ਨਾ ਜੀ। ਹੈਂ? ਨਾ ਜੀ। ਗੰਦਾ ਪਾਣੀ ਖੜਾ ਹੈ ਨਾ? ਹਾਂਜੀ। ਸਕੂਲ ਅੱਜ ਕੱਲ੍ਹ ਕਿਵੇਂ ਜਾਂਦੇ ਹੋ? ਸਕੂਲ ਸਾਈਡ ਦੀ ਲੰਘ ਜਾਂਦੇ। ਸਾਈਡ ਤੋਂ ਲੰਘ ਜਾਂਦੇ? ਹਾਂਜੀ। ਹਾਂ ਤੁਸੀਂ ਵੀ ਘਰ ਵੇਚਣਾ ਬੇਟਾ ਆਪਣਾ? ਕਾਹਤੋਂ? ਹਾਂਜੀ ਆ ਪਾਣੀ ਦੀ ਸਮੱਸਿਆ ਕਰਕੇ। ਪਾਣੀ ਸਮੱਸਿਆ ਕਰਕੇ ਨਾ, ਪਾਣੀ ਬਹੁਤ ਖੜਾ। ਫਿਰ ਸਕੂਲੇ ਕਿਵੇਂ ਜਾਂਦੇ ਤੁਸੀਂ? ਸਕੂਲੇ ਅਸੀਂ ਤੇ ਇਥੋਂ ਦੀ ਸਾਈਡ ਦੀ ਲੰਘ ਕੇ ਜਾਂਦੇ ਹਾਂ। ਹਾਂ ਤੇ ਮਤਲਬ ਖੇਡਦੇ ਖੁੱਡਦੇ ਹੈ ਨਹੀਂਗੇ ਇਥੋਂ ਦੀ? ਨਾ ਜੀ। ਕਿਉਂ? ਕਦੇ ਕਦੇ ਦੁਕਾਨ ਤੇ ਆਉਣੇ ਹੁੰਦੇ ਆ। ਦੁਕਾਨ ਤੇ ਆਉਣੇ ਸਮਾਨ ਲੈਣਾ? ਹੁਣ ਖੇਡਣ ਨੂੰ ਵੀ ਖੇਡ ਵੀ ਨਹੀਂ ਸਕਦੇ ਹੈ ਨਾ ਇੱਥੇ ਤੁਸੀਂ? ਨਾ ਜੀ। ਠੀਕ ਹੈ, ਤਾਂ ਜਿਹੜੀ ਤਸਵੀਰ ਹੈ ਉਹ ਫਿਰ ਦਿਖਾ ਦਿੰਦੇ ਆ। ਸਾਰੇ ਪਿੰਡ ਦੇ ਵਿੱਚ ਜਿਹੜਾ ਉਹ ਗੰਦਾ ਪਾਣੀ ਜਮ੍ਹਾਂ ਹੋਇਆ ਹੋਇਆ, ਘਰ ਡਿੱਗ ਰਹੇ ਆ, ਉਹਦੇ ਨਾਲ ਹੀ ਜਿਹੜੇ ਮਤਲਬ ਸਾਰੀ ਸੜਕ ਹੈ ਉਹਦੇ ਉੱਤੇ ਗਾਰਾਂ ਅਤੇ ਗੰਦਾ ਪਾਣੀ ਹੈ, ਤਕਰੀਬਨ 150 ਤੋਂ 200 ਘਰ ਹੈ। ਇੱਧਰ ਮਾਈਆਂ ਦੇ ਹੱਥ ਵਿੱਚ ਵੀ ਉਹੀ ਬੋਰਡ ਹੈ ਜਿਹੜੇ ਉਹਨਾਂ ਦੇ ਹੱਥ ਵਿੱਚ ਸੀ ਕਿ ਸਾਡਾ ਘਰ ਵਿਕਾਊ ਹੈ, ਤਾਂ ਇਹਨਾਂ ਤੋਂ ਪੁੱਛਦੇ ਹਾਂ ਕਿ ਤੁਸੀਂ ਭਾਈ ਕਿਉਂ ਘਰ ਵੇਚਣਾ? ਆ ਜਾ ਬਈ ਨੇੜੇ। ਮਾਤਾ ਜੀ ਆਹ ਕੀ ਪੋਸਟਰ ਫੜਿਆ ਬੜਾ ਹੱਥ 'ਚ? ਇਹ ਜੀ ਮੁਰਦਾਬਾਦ। ਹਾਂ ਇਹ ਲਿਖਿਆ ਵੀ ਮੇਰਾ ਘਰ ਵਿਕਾਊ ਹੈ ਵਿੱਚ। ਘਰ ਵਿਕਾਊਗਾ ਆਏ ਆ ਜੀ, ਤੁਸੀਂ ਹੁਣ ਵੇਖ ਕੇ ਆਏ ਹੋ, ਸਾਰੇ ਪਿੰਡ ਦੇ ਸਾਰੇ ਗਵਾੜ ਦਾ ਪਾਣੀ ਇੱਥੋਂ ਨਹੀਂ ਲੰਘਦਾ, ਉਹ ਜਗ੍ਹਾ ਭੀੜੀ ਆ, ਤੇ ਜਦੋਂ ਉਹ ਲਾਮਾ ਤੋਂ ਉੱਚਾ ਕੀਤਾ ਹੁਣ ਤੁਸੀਂ ਆਪ ਹੀ ਵੇਖਿਆ, ਤੇ ਉਹ ਸਾਰਾ ਪਾਣੀ ਮੇਰੇ ਘਰੇ ਪੈ ਜਾਂਦਾ। ਮੇਰਾ ਘਰ ਇਦੋਂ ਪਹਿਲਾਂ 2 ਵਜੇ ਡਿੱਗ ਪਿਆ, 3 ਵਜੇ ਡਿੱਗਣ ਨੂੰ ਫੇਰ ਤਿਆਰ ਆ, ਬੁੜੇ ਸਾਡਾ ਹੁਣ ਅਸੀਂ ਪਾਵਾਂਗੇ ਕਿਵੇਂ? ਫਿਰ ਅਸੀਂ ਵਿਕਾਊ ਕਰਤਾ। ਹਾਂਜੀ ਹੋਰ ਕੀ ਕਰਕੇ ਨਿਕਲ ਜਾਂਗੇ ਪਿੰਡ ਚੋਂ? ਕੋਈ ਰਿਸ਼ਤੇਦਾਰ ਸਾਕ ਸੰਬੰਧੀ ਪ੍ਰਾਹੁਣੇ ਨੇ ਆਉਣਾ ਸੀ, ਕੁੜੀ ਨੇ ਆਉਣਾ ਸੀ, ਉਹੀ ਮੇਰਾ ਬੱਚਾ, ਤੇ ਉਹ ਵੀ ਨਹੀਂ ਆ ਸਕਦੇ। ਕਹਿੰਦੇ ਨੇ ਜੀ ਗੱਡੀ ਨਹੀਂ ਲੰਘਦੀ ਸਾਡੇ ਬਾਰ ਵਿੱਚ ਦੀ, ਤਾਂ ਉਹ ਕਹਿੰਦੇ ਕਿਉਂ ਨਹੀਂ ਲੰਘਦੀ, ਇਸੇ ਕਟੋਬੇ ਦਾ ਪਾਣੀ ਸਾਡੇ ਬਾਰ 'ਚ ਆ। ਬਿਮਾਰੀਆਂ ਵੀ ਬਹੁਤ ਫੈਲਦੀਆਂ, ਅਸੀਂ ਤਾਂ ਬੁਰਾ ਹਾਲ ਹੈ ਜੀ, ਅਸੀਂ ਤਾਂ ਨਿੱਤ ਡਾਕਟਰਾਂ ਦੇ ਹੀ ਰਹਿੰਦੇ ਹਾਂ, ਘਰੇ ਵੜਦੇ ਹੀ ਨਹੀਂ। ਕਿਤੇ ਅੱਜ ਹੁਣ ਤੁਰਦੇ ਸੀਗੇ, ਉਦੋਂ ਤੁਸੀਂ ਆ ਗਏ, ਹੱਥੋਂ ਫਿਰ ਟੀਕੇ ਲਵਾ ਕੇ ਲਿਆ, ਰਾਤ ਕੱਢਾਂਗੇ ਟੀਕੇ ਲਗਾ ਕੇ। ਹਾਂ ਰਾਤ ਨਹੀਂ ਨਿਕਲਦੀ ਜੀ, ਤੁਸੀਂ ਮਾੜੇ ਪੈ ਕੇ ਵੇਖੋ ਸਾਡੇ ਮਕਾਨ 'ਚ, 10 ਮਿੰਟ ਨਹੀਂ ਪੈ ਸਕਦੇ। ਹਾਂਜੀ ਬਹੁਤ ਬੁਰਾ ਹਾਲ ਆ। ਜਿਵੇਂ ਕੋਈ ਸਰਕਾਰੀ ਦਰਬਾਰੇ ਕੋਈ ਅਫਸਰ ਨਹੀਂ ਆਇਆ ਵੇਖਣ, ਜਾਂ ਤੁਸੀਂ ਗਏ ਹੋ ਉਹਨਾਂ ਕੋਲ? ਵੇਖਣ ਆਏ ਸੀ ਜੀ, ਬਹੁਤ ਵੇਖਣ ਆਇਆ, ਸਾਨੂੰ ਜਵਾਬ ਹੀ ਉਲਟ ਦੇ ਦਿੰਦੇ ਆ ਵੀ ਕਈ ਕੀ ਪਤਾ ਤੁਸੀਂ ਵੋਟਾਂ ਪਾਂਗਾ ਕਿ ਨਹੀਂ ਪਾਂਗਾ। ਐਂ ਕਹਿੰਦੇ ਆ, ਹਾਂਜੀ ਐਂ ਕਹਿ ਦਿੰਦੇ ਆ, ਕਹਿੰਦੇ ਵੀ ਵੋਟ ਸਾਨੂੰ ਪਾਈਏ ਕਿ ਨਹੀਂ? ਨਹੀਂ ਬਈ ਸਾਨੂੰ ਕੀ ਸਬੂਤ ਆ? ਹੋ ਸਬੂਤ ਹੋਣ ਜੀ, ਸਰਕਾਰ ਨੂੰ ਅਸੀਂ ਕੀ ਸਬੂਤ ਦੇਵਾਂਗੇ? ਵੋਟਾਂ ਤਾਂ ਹੁਣ ਵੀ ਪਾਵਾਂਗੇ, ਸਬੂਤ ਕੀ ਦੇਵਾਂਗੇ? ਹੁਣ ਵੋਟਾਂ ਆਉਣਗੀਆਂ, ਲੀਡਰ ਬਹੁਤ ਆਉਣਗੇ ਪਿੰਡ 'ਚ, ਫਿਰ ਜੀ ਉਹ ਜਿਵੇਂ ਆਉਣਗੇ ਉਵੇਂ ਮਰ ਜਾਣਗੇ, ਜਿਵੇਂ ਹੁਣ ਅਸੀਂ ਬੋਲ ਕੇ ਹਟ ਜਾਂਦੇ ਉਹ ਬੋਲ ਕੇ ਮਰ ਜਾਣਗੇ, ਅਸੀਂ ਤਾਂ ਹੁਣ ਪਿੰਡ ਛੱਡ ਦਿਆਂਗੇ, ਫਿਰ ਅਸੀਂ ਕਾਹਦੀਆਂ ਵੋਟਾਂ ਪਾਵਾਂਗੇ? ਜਦੋਂ ਘਰ ਹੀ ਛੱਡਤਾ, ਪਿੰਡ ਹੀ ਖਾਲੀ ਹੋ ਗਿਆ, ਪਿੰਡ ਹੀ ਖਾਲੀ ਹੋ ਗਿਆ, ਅਤੇ ਬੁਰਾ ਹਾਲ ਤਾਂ ਸਭ ਦਾ। ਉਹ ਮੇਰੇ ਤਾਂ ਪਿੱਛੇ ਵੀ ਪਾਣੀ ਆ, ਮੂਹਰੇ ਵੀ ਪਾਣੀ ਆ, ਨਾਲ ਵੀ ਪਾਣੀ, ਤੁਸੀਂ ਹੁਣ ਵੇਖੀ ਜਾਂਦੇ ਹੋ, ਉਹ ਜਦੋਂ ਪਾਣੀ ਦਾ ਧੱਕਾ ਵੱਜਦਾ ਮੇਰਾ ਮਕਾਨ ਡਿੱਗ ਪੈਂਦਾ। ਬਸ ਬਾਹਰ ਵੀ ਨਿਕਲ ਸਕਦੇ? ਨਾ ਬਾਹਰ ਨਹੀਂ ਨਿਕਲ ਸਕਦੇ ਜੀ, ਅਸੀਂ ਤਾਂ ਅੰਦਰ ਹੀ ਰਹਿੰਦੇ ਹਾਂ। ਹਾਂ ਕਿਸੇ ਨੂੰ ਅਸੀਂ ਕੋਈ ਸਬਜ਼ੀ ਵੀ ਨਹੀਂ ਲੈ ਸਕਦੇ, ਅਸੀਂ ਤਾਂ ਬਿਨਾਂ ਸਬਜ਼ੀ ਤੋਂ ਪੈ ਜਾਂਦੇ। ਸਬਜ਼ੀ ਜਿਹੜਾ ਖੁਦ ਨਹੀਂ ਆਉਂਦਾ ਹੋਣਾ? ਆਉਂਦਾ ਹੀ ਨਹੀਂ ਜੀ, ਕਿਸੇ ਨੰਗੀ ਦਾ ਨਹੀਂ ਹੈ, ਤੇ ਜੇ ਕਿਸੇ ਨੂੰ ਹੋਰ ਵੀ ਕਹਿ ਦਾਂਗੇ ਵੀ ਥੋੜ੍ਹਾ ਥੋੜ੍ਹਾ ਜਾਂ ਵੀ ਇੱਧਰੋਂ ਪੱਟ ਦੇਈਏ ਵਿਚਾਲ ਦੀ ਪਾਣੀ ਕੱਢ ਦੇਈਏ, ਸਾਨੂੰ ਵਿਚਾਲ ਦੀ ਪਾਣੀ ਵੀ ਨਹੀਂ ਕੱਢਣ ਦਿੰਦੇ, ਸਰਕਾਰ ਦਾ ਹੱਕ ਆ ਵਿਚਾਲ ਦੀ ਪਾਈਪਾ ਪਾ ਕੇ ਮੇਰਾ ਪਾਣੀ ਕੱਢ ਸਕਦੇ। ਬਹੁਤ ਦੁਖੀ ਹਾਂ ਜੀ ਅਸੀਂ ਤਾਂ, ਬਹੁਤ ਦੁਖੀ ਹੋਣਾ। ਹਾਂਜੀ ਮਾਤਾ ਜੀ, ਤੁਸੀਂ ਵੀ ਘਰ ਵੇਚਣ ਵਾਲਿਆ ਹੋਇਆ, ਕੀ ਹੋ ਗਿਆ? ਪਾਓ ਵੀਰਾਂ ਮੇਰਾ ਵੀ ਬੁਰਾ ਹਾਲ ਹੈ ਜੀ, ਮੈਂ ਇਕੱਲੀ ਬੁੜੀ ਹਾਂ ਜੀ, ਮੇਰੇ ਕੋਈ ਧੀਆ ਨਹੀਂ ਪੁੱਤਾਂ ਨਹੀਂ, ਹਾਂਜੀ ਬਹੁਤ ਮੱਛਰ ਖਾਂਦਾ ਜੀ, ਬਿਮਾਰ ਰਹਿੰਦੇ ਹਾਂ ਜੀ ਹਰ ਵਕਤ। ਇਕੱਲੇ ਰਹਿੰਦੇ ਹੋ? ਇਕੱਲੇ ਹਾਂ, ਜਮ੍ਹਾਂ ਇਕੱਲੇ ਹਾਂ ਜੀ।
ਫਿਰ ਮਤਲਬ ਹੁਣ ਜਿਹੜਾ ਨਰਕ ਹੈ ਮਤਲਬ ਇਹ ਕੋਈ ਲੀਡਰ ਲੂਡਰ ਆਇਆ ਨਹੀਂ ਤੁਹਾਡਾ ਐਮ ਐਲ ਏ ਨਹੀਂ ਆਇਆ? ਕੋਈ ਨਹੀਂ ਆਇਆ ਜੀ, ਕੋਈ ਨਹੀਂ ਪੁੱਛਦਾ ਜੀ, ਕੋਈ ਨਹੀਂ ਗੱਲ ਬਸ ਆਉਂਦਾ ਕਿਸੇ ਦੀ। ਉਹੀ ਤਾਂ ਕਹਿੰਦੇ ਕਿ ਆਮ ਲੋਕਾਂ ਦੇ ਆ ਅਸੀਂ। ਹਾਂਜੀ ਹਾਂਜੀ, ਜਿਹੜੇ ਲੀਡਰ ਕਹਿੰਦੇ ਵੀ ਆਮ ਲੋਕਾਂ ਦੇ। ਹਾਂਜੀ ਨਹੀਂ ਆਉਂਦੇ ਜੀ, ਬਸ ਵੋਟਾਂ ਵਾਲੇ ਆਉਣਗੇ, ਵੋਟਾਂ ਵਾਲੇ ਆਉਣਗੇ, ਵੋਟਾਂ ਮੰਗਣ ਜੀ। ਬੁਰਾ ਹਾਲ ਸਾਡੇ ਘਰ ਦਾ ਦੇਖ ਲਓ ਜਾ ਕੇ ਜੀ। ਹਾਂਜੀ ਹਾਂ ਹਾਂਜੀ ਬਾਈ ਜੀ, ਸਾਡਾ ਵੀ ਘਰ ਬਕਾਊ ਆ ਜੀ। ਆ ਦੇਖੋ ਜੀ ਮੱਛਰ ਨਾਲ ਕੀ ਹਾਲ ਹੋਇਆ ਪਿਆ ਜੀ। ਦਿਨ ਰਾਤ ਡਾਕਟਰਾਂ ਕੋਲ ਜਾ ਜਾ ਕੇ ਸਾਡਾ ਟਾਈਮ ਪਾਸ ਹੁੰਦਾ ਜੀ, ਨਾ ਕੋਈ ਆ ਸਕਦਾ ਜੀ, ਨਾ ਕਿਸੇ ਪਾਸੇ ਜਾ ਸਕਦੇ ਜੀ। ਨਾ ਜੀ ਕੋਈ ਨਹੀਂ ਆਉਂਦਾ ਜੀ। ਹਾਂ ਸਾਡੇ ਤਾਂ ਇੰਨਾ ਬੁਰਾ ਹਾਲ ਹੈ ਜੀ, ਸਤੰਦਰ ਵਾਰ ਵਾਰ ਟਾਈਮ ਪਾਸ ਕਰਦੇ ਜੀ। ਡੇਂਗੂ ਬੁਖਾਰ ਆ ਉਹ ਹਰ ਹਾਲਤ 'ਚ ਹੋਈ ਜਾਂਦਾ ਜੀ ਸਾਨੂੰ। ਹਾਂ ਡੇਂਗੂ ਹਾਂਜੀ ਆ ਕੇ ਜੀ ਵਾਗੇ ਜੀ, ਐਮ ਐਲ ਏ ਵੀ ਆਇਆ ਸੀ ਜੀ, ਕਿਸੇ ਨੇ ਨਹੀਂ ਸੁਣੀ ਜੀ ਸਾਡੀ। ਸਭ ਕਹਿੰਦੇ ਨੇ ਮਿੱਠੀਆਂ ਗੋਲੀਆਂ ਦੇ ਕੇ ਮੁੜ ਜਾਂਦੇ ਨੇ ਜੀ, ਅੱਜ ਕਰਾਂਗੇ ਜੀ ਕੱਲ ਨੂੰ ਕਰਾਂਗੇ ਜੀ, ਮੁੜ ਕੇ ਕੋਈ ਬਾਤ ਨਹੀਂ ਪੁੱਛਦਾ ਜੀ ਸਾਡੀ ਆ ਕੇ। ਉਹ ਤਾਂ ਕਹਿ ਰਹੇ ਵਿਕਾਸ ਹੀ ਬਹੁਤ ਹੋ ਜਾਂਦਾ ਪੰਜਾਬ ਦੇ ਵਿੱਚ। ਹਾਂਜੀ ਫਿਰ ਹੁਣ ਕੀਤਾ ਵੀ ਕੀ ਜਾਵੇ, ਅਸੀਂ ਤਾਂ ਜੀ ਬਹੁਤ ਜ਼ੋਰ ਲਾ ਲਿਆ ਜੀ, ਸਾਰਾ 200 ਘਰ ਆ ਜੀ ਸਾਡਾ ਇੱਥੇ, ਅਤੇ 200 ਘਰ ਅਸੀਂ ਬਹੁਤ ਔਖੇ ਟਾਈਮ ਕੱਢ ਰਹੇ ਹਾਂ। ਹਾਂ ਹਾਂਜੀ ਹਾਂਜੀ। ਮਾਤਾ ਜੀ ਕਿੰਨੇ ਕੁ ਔਖੇ ਹੋ ਤੁਸੀਂ? ਅਸੀਂ ਤਾਂ ਬਹੁਤ ਜ਼ਿਆਦਾ ਔਖੇ ਹਾਂ ਬਾਈ, ਜਦੋਂ ਲੰਘਦੇ ਹਾਂਗੇ ਗੰਦੇ 'ਚ ਪੈਰ ਧਰਦੇ ਹਾਂ, ਡੱਗਾਂ ਦਾ ਪਾਣੀ ਹੈ, ਗੰਦਗੀ ਇੰਨੀ ਰਹੀ, ਰੋਟੀ ਵੀ ਨਹੀਂ ਹਜ਼ਮੇ ਆਉਂਦੀ, ਮੁਸਕ ਆਉਂਦਾ ਰੋਟੀ ਖਾਂਦੇ ਨੂੰ ਵੀ, ਐਂ ਲੱਗਦਾ ਵੀ ਰੋਟੀ ਖਾ ਲਈ ਤਾਂ ਉਲਟੀ ਵੀ ਆ ਗਈ ਨਾਲ ਦੀ ਨਾਲ। ਰੋਟੀ ਖਾਣ ਨੂੰ ਜੀ ਨਹੀਂ ਕਰਦਾ? ਨਾ ਨਾ ਜਮਾਂ ਵੀ ਜੀ ਨਹੀਂ ਕਰਦਾ ਹੈਗਾ। ਇੱਕ ਤਾਂ ਦਵਾਈਆਂ ਨਾਲ ਭਰਿਆ ਰਹਿੰਦਾ, ਇੱਕ ਆ ਗੰਦਗੀ ਨਾਲ ਭਰ ਗਿਆ ਬਸ, ਇੱਕ ਨੰਗੇ ਟੱਪੇ ਦਾ ਔਖਾ, ਅਤੇ ਪੈਰ ਉਦੋਂ ਗੜ ਜਾਂਦੇ ਨੇ ਜਦੋਂ ਬਾਹਰ ਆਉਂਦੇ ਹਾਂ ਕਿ ਪੈਰਾਂ ਦੀ ਬਿਮਾਰ ਵੀ ਹੋ ਜਾਂਦੀ ਹੈਗੀ। ਬਿਲਕੁਲ ਉੱਧਰੋਂ ਫਿਰ ਆਏ ਹਾਂਗੇ ਵੀ ਰੋਟੀ ਖਾਧੀ ਦਾ ਵੀ ਕੋਈ ਫਾਇਦਾ ਨਹੀਂ ਹੈਗਾ, ਸਵਾਦ ਨਹੀਂ ਆਉਂਦਾ ਹੈਗਾ, ਜਦੋਂ ਗੰਦਗੀ ਆ ਡੱਗਾਂ ਦਾ ਪਾਣੀ ਹੈ ਜਿਹੜਾ ਧੁਰ ਅੰਦਰ ਵੱਗ ਗਿਆ, ਕੀ ਕਰੀਏ ਹੁਣ। ਇਹ ਤੁਹਾਡੀ ਮਾਤਾ ਇੰਨੀ ਉਮਰ ਹੋ ਗਈ, ਮਤਲਬ ਹਾਲੇ ਤੁਹਾਨੂੰ ਆ ਨਾਲੀਆਂ ਗਲੀਆਂ ਨਹੀਂ ਸਹੀ ਮਿਲੀਆਂ, ਮਤਲਬ ਸੋਚਿਆ ਸੀ ਕਦੇ ਵੀ ਇੰਨੀਆਂ ਸਰਕਾਰਾਂ ਬਦਲ ਗਈਆਂ? ਉਹੀ ਹਾਲ ਹੈ, ਸਾਨੂੰ ਪਤਾ ਨਹੀਂ ਸੀ ਵੀ ਆਹ ਹਾਲ ਹੋਜੂਗਾ, 2 ਮਹੀਨੇ ਹੋ ਗਏ ਹੁਣ ਇਹੋ ਜਿਹਾ ਬੁਰਾ ਹਾਲ ਹੋਇਆ ਪੈਗਾ। ਪਹਿਲਾਂ ਵਧੀਆ ਪਿੰਡ ਗਿਣੀ ਦਾ ਸੀ ਸਾਡਾ ਸਾਰੇ ਪਿੰਡਾਂ ਨਾਲੋਂ, ਆਹ 2 ਮਹੀਨਿਆਂ ਦਾ ਪੂਰਾ ਬੁਰਾ ਹਾਲ ਹੋ ਗਿਆ। ਹੁਣ ਰਿਸ਼ਤੇਦਾਰ ਕਹਿੰਦੇ ਆ ਵੀ ਆਉਣਾ, ਰਿਸ਼ਤੇਦਾਰ ਕਹਿੰਦੇ ਨੇ, ਕਹਿੰਦੇ ਕੀ ਆਈਏ, ਕਹਿੰਦੇ ਉੱਥੇ ਤਾਂ ਗੰਦਗੀ 'ਚ ਬੈਠੇ ਤੁਸੀਂ, ਫਿਰ ਕੀ ਸੱਦੀਏ ਕਿਸੇ ਨੂੰ, ਕੋਈ ਪਤਾ ਲੈਣ ਵੀ ਨਹੀਂ ਆਉਂਦਾ ਹੈਗਾ। ਹੁਣ ਮੰਜੇ ਤੋਂ ਉੱਠ ਕੇ ਆਈਆਂ ਗੀ ਵੀ ਜੇ ਮਾੜਾ ਮੋਟਾ ਬੀਜ ਹੱਲ ਹੋ ਜੂਗਾ, ਕੋਈ ਕਹੀਏ ਇੱਕ ਅੱਧੀ ਗੱਲ। ਬਿਲਕੁਲ ਮੈਂ ਤਾਂ ਪਈ ਸੀਗੀ ਪਹਿਲਾਂ ਵੀ ਅੰਦਰ, ਲੱਗਦਾ ਹੱਲ ਹੋਊਗਾ, ਸਰਕਾਰ ਮਤਲਬ ਸੁਣਦੀ ਤੁਹਾਡੀ ਗੱਲਬਾਤ? ਸਾਡੀ ਤਾਂ ਬਾਈ ਹਜੇ ਤੱਕ ਤਾਂ ਕੀ ਪਤਾ ਕਦੋਂ ਸੁਣੂ ਕੋਈ ਕਦੋਂ ਨਹੀਂ, ਹੈਂ ਹੱਲ ਹੋਵੇ ਛੇਤੀ ਛੇਤੀ ਹੋ ਜਾਵੇ ਤਾਂ ਮਾੜਾ ਮੋਟਾ ਵੀ ਨਰਕ 'ਚੋਂ ਨਿਕਲ ਜਾਈਏ, ਹੋਰ ਤਾਂ ਕੀ ਹੈ। ਅੱਜ ਤਾਂ ਆ ਵੀ ਆ ਲੈ ਘਰ ਵੀ ਪਕਾ ਕੇ ਕਿਹੜਾ ਲਊਗਾ, ਡਿੱਗ ਜਾਣਗੇ, ਅਸੀਂ ਪਾਣੀ ਦੇ ਨਾਲ ਖੜ ਗਿਆ ਜਦੋਂ ਕੰਧਾਂ ਨਾਲ ਨਵਾਂ ਨਾਲ ਲੱਗ ਲੱਗ ਕੇ, ਇਹ ਵੀ ਨਹੀਂ ਵਿਕਣੇ। ਲੈਣ ਵਾਲਾ ਕੌਣ ਹੈਗਾ, ਨਾਲੇ ਜੇ ਘਰ ਵੇਚਾਂਗੇ ਆਪ ਖਬਰ ਹੈ ਕਿੱਥੇ ਟਿੱਬੇ 'ਤੇ ਜਾ ਕੇ ਬੈਠਾਂਗੇ, ਕਿੱਥੇ ਮਿਲੂ ਕਿੱਥੇ ਨਹੀਂ, ਕੀ ਪਤਾ ਕਿਹੋ ਜਿਹਾ ਮਾੜ ਮਿਲੂਗਾ ਗਾਹਾਂ। ਬਿਲਕੁਲ ਹੁਣ ਇੱਥੇ ਬਸਦੇ ਘਰਾਂ 'ਚ ਤਾਂ ਆਪ ਪਤਾ ਸਾਨੂੰ ਸਾਰਿਆਂ ਨੂੰ ਵੀ ਆਹ ਸਾਡੇ ਇੰਨੇ ਚੰਗੇ ਵਧੀਆ ਕਰਨਗੇ, ਗਾਹਾਂ ਤਾਂ ਗਵਾੜਾਂ ਦਾ ਵੀ ਨਹੀਂ ਪਤਾ, ਘਰਾਂ ਦਾ ਵੀ ਨਹੀਂ ਪਤਾ, ਪਿੰਡ ਦਾ ਵੀ ਨਹੀਂ ਪਤਾ ਕਿਹੋ ਜਿਹਾ ਆਊਗਾ। ਨਰਕ 'ਚੋਂ ਨਿਕਲਣਾ ਚਾਹੁੰਦੇ? ਹਾਂ ਹਾਂ ਨਰਕ 'ਚੋਂ ਬਈ, ਇਹਦਾ ਹੱਲ ਹੋਣਾ ਚਾਹੀਦਾ ਬਸ। ਬਾਪੂ ਜੀ ਆ ਉਹ ਗੱਲ ਕਰਦੇ ਆ ਬਾਈ, ਤੁਹਾਡੇ ਹੱਥ ਵਿੱਚ ਵੀ ਪੋਸਟਰ ਵੀ ਮੇਰਾ ਘਰ ਵਿਕਾਊ, ਤੁਸੀਂ ਵੀ ਵੇਚਣਾ ਘਰ ਜੀ? ਵੇਚਣਾ ਜੀ, ਮੇਰਾ ਬੁਖਾਰ ਢਿੱਲਾ ਹੈ ਮੇਰਾ। ਇਸ ਤਰ੍ਹਾਂ ਨਾਲ ਬਾਈ ਜੀ ਘਰ ਲਊਗਾ ਕੌਣ? ਤੁਸੀਂ ਆਪ ਹੀ ਸਿਆਣੇ ਹੋ, ਆਹ ਦੇਖ ਲਓ ਆਹ ਨਰਕ 'ਚ ਕੌਣ ਆ ਕੇ ਫਸਦਾ ਗਾ, ਕਰੋੜਾਂ ਰੁਪਈਆਂ ਦੀ ਜਾਇਦਾਦ ਹੋਈ ਪਈ ਆ, ਕਿਹੜਾ ਲੈ ਲੂਗਾ ਕਿ ਲੈਣਾ ਵੀ ਨਹੀਂ ਗਾ। ਅਗਲਾ ਜਾਖੂਗਾ ਜਿਹਨੇ ਅੱਜ ਪੈਸੇ ਲਾਉਣੇ ਆ, ਸਾਫ਼ ਗਲੀ ਰਸਤਾ ਭਾਲੂਗਾ, ਇੱਥੋਂ ਲੰਘਿਆ ਨਹੀਂ ਜਾਂਦਾ, ਸਾਰੇ ਪਿੰਡ ਨੂੰ ਸਮੱਸਿਆ ਗਈ, ਸਾਰਿਆਂ ਦਾ ਬੁਰਾ ਹਾਲ ਮੁਸ਼ਕਲ ਹੋਈ ਖੜੀ ਆ ਜੀ, ਵਿਕਣਗੇ ਦਾ ਤਾਂ ਜੇ ਤੁਸੀਂ ਲੈ, ਤੁਹਾਨੂੰ ਮੈਂ ਆਖਾਂ ਵੀ ਮੈਂ ਵੇਚ ਦਾਂਗਾ, ਤੁਸੀਂ ਆਖੋਗੇ ਦੱਸ ਲੰਘਾਏਗਾ ਕਿੱਥੋਂ ਦੀ, ਕਾਰ ਗੱਡੀ ਦਾ ਦੂਰ ਦੀ ਗੱਲ ਆ, ਤੁਰ ਕੇ ਤਾਂ ਲੰਘਿਆ ਨਹੀਂ ਜਾਣਾ, ਸਾਰੇ ਪਿੰਡ ਦੇ ਹੀ ਹੋਇਆ ਪਿਆ ਜੀ। ਹਾਂ ਜੀ, ਕੋਈ ਰੇਹੜੀ ਵਾਲਾ ਸਬਜ਼ੀ ਵਾਲਾ ਨਹੀਂ ਆਉਂਦਾ, ਉਹ ਉੱਥੋਂ ਆ ਗਿਆ, ਜੇ ਤਾਂ ਆਪਾਂ ਨੂੰ ਦੇਖ ਕੇ ਨਹੀਂ ਉਹ ਪਿੱਛੇ ਮੁੜ ਜਾਂਦਾ, ਉਹ ਖੜਾ ਗਾ ਲਾ ਕੇ ਕੈਮਰਾ ਦਿਖਾ ਦਿਓ ਚਾਹੇ, ਉੱਥੋਂ ਮੁੜ ਜੂਗਾ ਉਹ ਵੀ ਵਿਚਾਰਾ, ਅੱਜ ਤਾਂ ਆ ਗਿਆ ਬੰਦੇ ਦੇਖ ਕੇ, ਨਹੀਂ ਇਹਨੇ ਪਿੱਛੇ ਮੁੜ ਜਾਣਾ ਸੀ, ਬੁੜੀਆਂ ਦੀ ਗੱਲ ਪੱਕੀ ਆ, ਸਬਜ਼ੀ ਵੀ ਨਹੀਂ ਲੈਣ ਜੋਗਰੀਆਂ ਸੀ ਤਾਂ।
ਚੀਕਾਂ ਮਾਰੀ ਜਾਂਦਾ ਵਿਕਾਸ ਦਾ ਵਿਚਾਰਾ, ਆਹ ਦੇਖ ਲੋ ਸਾਹਮਣੇ ਦਿਸੀ ਜਾਂਦਾ ਤੁਹਾਡੇ। ਹੁਣ ਐਮਪੀ ਇਲੈਕਸ਼ਨ ਆ ਰਹੇ ਆ, ਫਿਰ ਦੇਵੋਗੇ ਜਵਾਬ ਕੋਈ? ਇਹ ਜਵਾਬ ਤਾਂ ਜੀ ਹੁਣ ਇਹ ਤਾਂ ਆਪ ਪਬਲਿਕ ਨੇ, ਹੁਣ ਇਹ ਆਪ ਹੀ ਦੇਖਾਂਗੇ, ਇਕੱਲੇ ਇਕੱਲੇ ਦੇਖਣਗੇ ਵੀ ਕਿਵੇਂ ਕੀ ਕਰਨਾ ਗਾ। ਅਤੇ ਇਹ ਤਾਂ ਬਾਹਲੀ ਵੱਡੀ ਗੱਲ ਵੀ ਨਹੀਂ ਜੇ ਸਰਕਾਰਾਂ ਵਾਸਤੇ, ਕੀ ਵੱਡੀ ਗੱਲ ਹੁੰਦੀ ਹੈ ਜੇ ਕੰਮ ਕਰਨ 'ਤੇ ਆਉਣਾ। ਜਿਵੇਂ ਕਈ ਕਹਿੰਦੇ ਕਿ ਪੰਜਾਬ ਦੇ ਵਿੱਚ ਸਾਡਾ ਪਿੰਡ ਬਹੁਤ ਸੋਹਣਾ, ਤੁਹਾਡਾ ਕਿੰਨਾ ਕੁ ਸੋਹਣਾ ਪਿੰਡ? ਪਿੰਡ ਤਾਂ ਜੀ ਹੁਣ ਬਸ ਪਿੰਡ 'ਚ ਵਿਰਾਹ ਤਾਂ ਹੁਣ ਕਲੰਕੀ ਲੱਗਿਆ ਪਿਆ ਜੀ, ਸੋਹਣਾ ਵੀ ਨਹੀਂ ਕਹਿ ਸਕਦੇ। ਜੇ ਸੋਹਣਾ ਕਹਿ ਦਾਂਗੇ ਥੱਲੇ ਆ ਖਬਰਾਂ ਪੜ੍ਹ ਕੇ ਕਮੈਂਟ ਕਰਨੇ, ਆਖਣਗੇ ਤੂੰ ਮਰੀ ਜਾਂਦਾ ਗਾ ਪਿੰਡ ਦਾ, ਤਾਂ ਤੁਹਾਨੂੰ ਨੋਟ ਨਹੀਂ ਹੁੰਦਾ। ਬਾਹਰ ਗਿਆ ਤਾਂ ਤੁਹਾਡੇ ਤੁਸੀਂ ਰੂੜੀ ਲਾਈ ਬੈਠੋ, ਐਂ ਕਹਿਣਗੇ, ਐਂ ਨਹੀਂ ਪਤਾ ਵੀ ਲੱਗੀ ਕਿਵੇਂ ਆ। ਬਿਲਕੁਲ ਹੈ ਨਾ ਜੀ, ਸਾਡੀ ਆਪਦੀ ਗਲਤੀ ਤਾਂ ਨਹੀਂ, ਮਤਲਬ ਇਹ ਸਾਰੇ ਉੱਥੋਂ ਤੱਕ ਇਹੀ ਹਾਲ ਆ। ਇਹ ਹਾਂਜੀ 250 ਗੱਲ, ਮਤਲਬ ਇਹ ਸਾਰਿਆਂ ਦੀਆਂ ਆਈਆਂ ਨਾ ਕਿਤੇ ਪ੍ਰੱਪੇ ਵਾਲੇ ਦੇ ਵਿੱਚ। ਜੇ ਤੁਸੀਂ ਬਾਈ ਜੀ ਗੱਲ ਸੁਣੋ, ਤੁਸੀਂ ਕਿਸੇ ਪਾਸੇ ਜਾਣਾ ਹੁੰਦਾ, ਹੋਰ ਪਿੰਡ 'ਚ ਜਾਣਾ ਹੁੰਦਾ, ਜਾਂ ਸਾਡੇ ਪਿੰਡ 'ਚ ਕਿਤੇ ਹੋਰ ਜਾਣਾ ਹੁੰਦਾ, ਤੁਸੀਂ ਦੱਸ ਦਿਓ ਤੁਹਾਡੀ ਗੱਡੀ ਕਿੱਥੋਂ ਦੀ ਲੰਘਦੀ, ਤੁਹਾਨੂੰ ਆਪ ਨੂੰ ਵੀ ਪਤਾ ਲੱਗਦਾ ਜੀ, ਹੈ ਨਾ ਜੀ। ਇਹ ਇਕੱਲੇ ਸਾਨੂੰ ਨਹੀਂ ਦੁੱਖ, ਇਹ ਸਭ ਨੂੰ ਹੀ ਦੁੱਖ ਆ। ਨੰਗੇ ਨਾਲੇ ਨੂੰ, ਰਾਹੀ ਪਾਂਧੀ ਨੂੰ ਵੀ, ਪਿੰਡ ਦੀ ਮੇਨ ਗਲੀਆਂ ਜੀ ਸਾਡੀਆਂ, ਹੈ ਨਾ ਜੀ, ਐਂ ਸਮੱਸਿਆ ਆ ਗਈ। ਅੱਛਾ, ਮੇਨ ਗਲੀ ਹੈ, ਠੀਕ ਹੈ। ਹਾਂ ਤਾਂ ਉੱਧਰ ਗੱਲਬਾਤ ਕਰਦੇ ਹਾਂ, ਹੁਣ ਇਹਨਾਂ ਤੋਂ ਇਹ ਪੁੱਛਦੇ ਹਾਂ ਕਿ ਪਿੰਡ ਸੋਹਣਾ ਕਿੰਨਾ ਕੁ। ਅੱਛਾ ਬਾਈ, ਪਹਿਲਾਂ ਊਂ ਦੱਸਿਓ ਵੀ ਪਿੰਡ, ਜੇ ਆਪਾਂ ਸਾਰੇ ਤੌਰ 'ਤੇ ਗੱਲ ਕਰੀਏ, ਵੀ ਕਿੰਨਾ ਕੁ ਸੋਹਣਾ ਪਿੰਡ ਆ ਤੁਹਾਡਾ? ਪਿੰਡ ਵੀਰੇ ਪਹਿਲਾਂ ਸੋਹਣਾ ਸੀ ਜਿਹੜੀ ਗੱਲ ਆ ਨਾ, ਹੁਣ ਤਾਂ ਸਾਰੇ ਕਿਤੇ ਇਹ ਬੁਰਾ ਹਾਲ ਹੋਇਆ ਪਿਆ। ਬਾਕੀ ਮੇਨ ਗਲੀ ਹੈ ਨਾ, ਇੱਧਰਲੀ ਸਾਈਡ ਗੁਰਦੁਆਰਾ ਸਾਹਿਬ ਵੀ ਹੈ, ਸਕੂਲ ਵੀ ਹੈ, ਇੱਥੋਂ ਨਹੀਂ ਲੰਘਣਾ ਹੁੰਦਾ ਸਾਰਿਆਂ ਨੇ, ਹੈ ਨਾ। ਇੱਧਰਲੀ ਸਾਈਡ ਮੰਦਰ ਆ, ਇੱਥੋਂ ਹੀ ਲੰਘਾ ਤਕਰੀਬਨ ਹੈ ਨਹੀਂ, ਤੁਸੀਂ ਚਾਰੇ ਪਾਸੇ ਕੈਮਰਾ ਘੁੰਮਾ ਕੇ ਦੇਖੋ ਆਪਦਾ, ਸਾਰਾ ਬੁਰਾ ਹਾਲ ਹੈ। ਤਿੰਨ ਵਾਰੀ MLA ਸਾਹਿਬ ਨੂੰ ਕਹੇ, ਤਾਂ DC ਸਾਹਿਬ ਨੂੰ ਮਿਲੇ, ਇੱਥੇ BDO ਸਾਹਿਬ ਨੂੰ ਮਿਲੇ ਸੀਗੇ, ਉਹ ਨਹੀਂ ਕੋਈ ਰਾਹ ਦੇ ਰਹੇ, ਹੈ ਨਾ। MLA ਸਾਹਿਬ ਕਹਿੰਦੇ ਕੋਰਟ 'ਚ ਜਾਓ ਵੀ ਵੋਟਾਂ ਤੁਹਾਨੂੰ ਪਾਈਆਂ ਕਿ ਨਹੀਂ, ਵੀ ਕਿਸੇ ਨੇ ਕੋਈ ਬਾਂਹ ਨਹੀਂ ਫੜੀ ਸੀ। ਨਹੀਂ ਉਹ ਕਹਿੰਦੇ ਕੀ ਕਹਿੰਦੇ ਆ? ਬਾਈ ਜੀ ਕਹੇ ਅਸੀਂ 3-4 ਵਾਰੀ ਮਿਲ ਪਏ, ਜਦੋਂ ਲਾਸਟ ਵਾਰੀ ਤਹਿਸੀਲ ਦਾ ਉਦਘਾਟਨ ਕਰਨ ਆਏ ਸੀ, ਅਸੀਂ ਉਹਨਾਂ ਨੂੰ ਆਖਿਆ ਵੀ ਇਹ ਹੱਲ ਕਰਵਾ ਦਿਉ, ਕਹਿੰਦਾ ਕੋਰਟ 'ਚ ਜਾਓ, ਮੈਂ ਨਹੀਂ ਤੁਹਾਡਾ ਨਿਬੇੜ ਸਕਦਾ, ਵੀ ਅਸੀਂ ਤੇਰਾ ਮੂੰਹ ਦੇਖਣ ਨੂੰ ਵੋਟਾਂ ਪਾਈਆਂ ਸੀ ਉਦੋਂ, ਐਂ ਦੱਸੋ ਪਹਿਲਾਂ, ਠੀਕ ਹੈ। ਅਸੀਂ ਅਕਾਲੀ ਸੀ, ਪੱਕੇ ਅਕਾਲੀ ਸੀ, ਅਸੀਂ ਅਕਾਲੀਆਂ ਨੂੰ ਵੋਟਾਂ ਪਾਉਂਦੇ ਸੀ, ਪਰ ਅਸੀਂ ਆਖਿਆ ਵੀ ਚੱਲ ਮਾੜਾ ਮੋਟਾ ਕੀ ਆ, ਕੋਈ ਹੋ ਜਾਵੇ, ਅਸੀਂ ਵੋਟਾਂ ਇਹਨੂੰ ਪਵਾਤੀਆਂ, ਇਹਨੇ ਜਮੀ ਜਲੂਸ ਕਰਤਾ, ਜਮੀ ਨਰਕ ਬਣਾਤਾ ਇਹਨੇ, ਠੀਕ ਹੈ ਨੀ ਗੱਲ, ਹੱਸ ਕੇ ਇੱਥੇ ਟੋਲ ਬਦਲਾ ਸੀ, ਪਰ ਸਾਨੂੰ ਇਹ ਨਹੀਂ ਪਤਾ ਇਹ ਤਾਂ ਬਦਲੇ ਵਾਲੇ ਸੀਗੇ, ਇਹ ਤਾਂ ਬਦਲੇ ਲੈਣ ਆਏ ਸਾਡੇ, ਬਦਲਾ ਵਾਲੇ ਨਹੀਂ। ਹਾਂ ਬਾਕੀ ਛੋਟਾ ਵੀਰ, ਦੇਖ ਸਰਕਾਰ ਨਹੀਂ ਮਾੜੀ ਹੁੰਦੀ, ਹੈ ਨਾ, ਵਿੱਚ 5-4 ਬੰਦੇ ਇਹੋ ਜਿਹੇ ਮਾੜੇ ਆ ਜਾਂਦੇ ਆ, ਜਿਨ੍ਹਾਂ ਕਰਕੇ ਸਾਰਿਆਂ ਨੂੰ ਕਲੰਕ ਲੱਗ ਜਾਂਦਾ। ਆਪਾਂ ਸਰਕਾਰ ਨੂੰ ਕਹਿੰਦੇ ਸਾਹਿਬ ਨੂੰ ਦਿਖਾਉਣ ਵਾਲਾ ਸੀਟ, ਕੁੜੀਆਂ ਸਾਹਿਬ ਨੂੰ MP ਦੀ ਦੇਣ ਵਾਲੀ ਆ, ਉਹਨੂੰ ਵਾਲਿਆਂ ਵਾਲੀ 'ਚ ਵਾੜ ਕੇ ਇੱਥੇ ਦਿਖਾਉਣ ਵਾਲਾ ਵੀ ਤੇਰੀ ਵੋਟ ਕਿੰਨੀ ਕਿਹ ਨੇ ਬਣਾਈ ਹੈ, ਦੇਖ ਲਓ, ਠੀਕ ਹੈ ਨਾ ਗੱਲ, ਉਹਦੀ ਵੋਟ ਪੱਕੀ ਕਰੀ ਜਾਂਦਾ ਇਹ ਆਪ ਹੁਣ। ਇੱਕ ਕਹਿੰਦੇ ਕਿ ਸਰਕਾਰ ਸਾਡੀ ਚੱਲਦੀ ਪਿੰਡਾਂ ਦੇ ਵਿੱਚੋਂ, ਫਿਰ ਪਿੰਡਾਂ ਦੇ ਵਿੱਚ ਸਾਡੇ ਪਿੰਡ ਵਾਲਿਆਂ ਲਈ ਲਿਆ ਕੇ ਇੱਥੇ ਦਿਖਾਉਣ, ਫਿਰ ਪਤਾ ਲੱਗੂ ਵੀ ਕਿੰਨੀ ਕੁ ਵੋਟ ਪੱਕੀ ਹੈ ਇੱਥੇ। ਇੱਥੇ 150 ਘਰ ਆ, 150 ਘਰ ਦੇ ਹਿਸਾਬ ਨਾਲ ਵੀ 5-5, 4-4 ਜਾਣੇ ਤਾਂ ਲਿੰਕ ਹੁੰਦੀ ਹੈ ਪਿੰਡ 'ਚ, ਫਿਰ ਹੁਣ ਦੇਖ ਲਓ ਵੀ ਕਿੰਨੀ ਕੁ ਵੋਟ ਪੈ ਜੂਗੀ ਉੱਥੇ। ਇੱਕ ਛੋਟੇ ਵੀਰ, ਖੁੱਡਗਾਂ ਸਾਹਿਬ ਦੀ ਵੀਡੀਓ ਭੇਜੀ ਮੈਨੂੰ ਕਿਸੇ ਨੇ ਚੰਡੀਗੜ੍ਹ ਤੋਂ, ਹੈ ਨਾ, ਅਸੀਂ ਉਹ ਬੰਦੇ ਦੀ ਵੀਡੀਓ ਸੁਣੀ ਦੇਖੀ, ਅਸੀਂ ਗੱਲਾਂ ਕਰ ਗਏ, ਕੱਲ੍ਹ ਰਾਤ ਮੰਗਾ ਯਾਰ ਬੰਦਾ ਸਾਊਗਾ ਵੀ ਆਪਾਂ ਹੈ ਨਾ ਵੋਟਾਂ ਪਾਵਾਂਗੇ, ਪਰ ਜੇ ਬੰਦੇ ਨੇ ਵੋਟਾਂ ਉਹਦੀਆਂ ਬਣਾਈਆਂ ਕਿੰਨੀਆਂ ਕੁ, ਉਹ ਬੰਦੇ ਉਹ ਬੰਦੇ ਸ਼ਰੀਫਾ ਖੁੱਡਗਾਂ ਸਾਹਿਬ ਵਰਗੇ, ਕਿਉਂਕਿ ਬੰਦੇ ਦੇ ਫੇਸ ਹੀ ਪੜੇ ਵੀਰੇ ਅੱਜ ਤੱਕ, ਨਾ ਪਤਾ ਹੀ ਲੱਗ ਜਾਂਦਾ ਬੰਦੇ ਦਾ। ਅਸੀਂ ਰਾਤ ਵੀ MLA ਨੇ ਕਰਨਾ, ਕੰਮ ਤਾਂ MLA ਨੇ ਕਰਨਾ, ਜੇ ਥੱਲੇ ਵਾਲੇ ਹੈ ਨਾ ਅਫਸਰ ਜਿਹੜੇ ਉਹਨਾਂ ਨੇ ਕਰਨਾ। ਰਾਤ ਅਸੀਂ ਵੀਡੀਓ ਦੇਖੀ, ਅਸੀਂ ਗੱਲਾਂ ਕਰੀਆਂ, ਸ਼ਾਮ ਨੂੰ ਰੋਟੀ ਖਾ ਕੇ ਤੁਰੇ ਜਾਂਦੇ ਹਾਂ ਨਾ, ਮਿਲੇ ਯਾਰ ਵੋਟਾਂ ਖੁੱਡਗਾਂ ਸਾਹਿਬ ਨੂੰ ਪਾਵਾਂਗੇ, ਬੰਦਾ ਸਾਊ ਹੈ, ਪਰ ਬਣਾਈਆਂ ਕਿੰਨੀਆਂ ਕਰਨਾ ਇਹਨਾਂ ਨੇ, ਇਹ ਵੀ ਦੇਖੋ ਨਾ। ਉਹ ਬੰਦੇ ਨੂੰ ਕੀ ਪਤਾ, ਜਾਂ ਮੁੱਖ ਮੰਤਰੀ ਸਾਹਿਬ ਨੂੰ ਕੀ ਪਤਾ, ਇਹ ਤਾਂ ਜਿਹੜੇ ਆਪਣੇ ਹਲਕੇ ਦੇ ਇੱਥੋਂ ਦੇ ਲਾ ਲਓ ਵੀ MLA ਸਾਹਿਬ ਆ, ਜਾਂ ਕੋਈ ਅਫਸਰ ਹੈ, ਕੋਈ BDO ਆ, ਕੋਈ DC ਸਾਹਿਬ ਆ, ਕੋਈ ਵੀ ਆ, ਮਤਲਬ ਹੈ ਨਾ, ਉਹਨਾਂ ਨੇ ਕਰਨਾ ਹੁੰਦਾ ਗਾ। ਹੁਣ ਤਾਂ ਹਾਲ ਚੰਡੀਗੜ੍ਹ ਬੈਠੇ ਨੇ, ਥੋੜ੍ਹਾ ਕਰਨਾ।
ਇਹ ਤਾਂ ਛੋਟੇ ਵੀਰ ਇਹਨਾਂ ਨੇ ਦੇਖਣਾ, ਬਾਕੀ ਕੈਮਰਾ ਘੁਮਾ ਕੇ ਦੇਖ ਲਓ ਮੇਨ ਰਸਤਾ ਇਹ। ਪੜਤਾ ਤਾਂ ਦੋ ਤਿੰਨ ਵਾਰੀ ਘਰ ਡਿੱਗ ਪਿਆ, ਇਹ ਤੀਜੀ ਵਾਰ ਪਾਇਆ, ਹੁਣ ਦੇਖ ਲਓ ਤੁਸੀਂ ਵੀ ਇਹਦੇ ਨਾਲ ਕੋਈ ਦੁਸ਼ਮਣੀ ਹੈ? ਜੇ ਦੁਸ਼ਮਣੀ ਤੂੰ ਵੀ ਬਲਡਰ ਹੋ ਜਾ ਫੇਰ ਦੇਣਾ ਇੱਥੇ ਜਾ ਕੇ, ਠੀਕ ਹੈ ਨੀ ਗੱਲ, ਗਰੀਬ ਬੰਦਾ ਟਾਈਮ ਪਾਸ ਕਰਦਾ ਇਹ। ਫਿਰ ਜਿਹੜੀ ਉਹ ਕਹਿੰਦੇ ਕਿ ਵਿਕਾਸ ਦੀ ਨੇਰੀਆਂ ਆਈਆਂ ਹੋਈਆਂ ਉਹ ਕਿੱਥੇ ਆਈਆਂ? ਵਿਕਾਸ ਦਾ ਹੁਣ ਬਾਲਾਂ ਲਈ ਦੇਖ ਲਓ ਜੀ ਵੀ ਕਿਹੋ ਜਿਹਾ ਵਿਕਾਸ ਕਰੀ ਜਾਂਦਾ ਇਹ, ਹੱਸ ਕੇ ਇੱਥੇ ਬਿਸਕੁਟ ਖਾ ਕੇ ਤੁਰ ਜਾਂਦਾ। ਉੱਥੇ ਅਸੀਂ ਉਹਨੂੰ ਵੀਡੀਓ ਨੂੰ ਆਖਿਆ ਵੀ ਸਾਡਾ ਇਹ ਹੱਲ ਕਰਵਾ, ਉਹ ਕਹਿੰਦਾ ਯਾਰ ਜਿਹੜੇ ਬਿਸਕੁਟ ਅਤੇ ਚਾਹ ਪਾਣੀ ਦਾ ਖਰਚਾ ਉਹ ਮੈਂ ਕਿੱਥੋਂ ਭਰੂੰਗਾ, ਕਹਿੰਦਾ ਤੁਹਾਡਾ ਤਾਂ ਹੱਲ ਬਾਅਦ ਦੀਆਂ ਗੱਲਾਂ ਇਹ ਤਾਂ। ਹਾਂਜੀ ਬਿਸਕੁਟ ਚਾਹ ਦੇ ਆ ਗਏ। ਹਾਂ ਕਹਿੰਦਾ ਵੀ ਮੈਂ ਉਹ ਬਿੱਲ ਕਿੱਥੋਂ ਪਾਵਾਂ, ਹੁਣ ਦੇਖ ਲਓ ਤੁਸੀਂ ਹਿਸਾਬ ਲਾ। ਸਾਡੇ ਬਾਲਿਆਂ ਵਾਲੀ ਦੇ ਵਿੱਚ ਕੋਈ ਹੈ ਨਾ ਕੀ ਕਹਦੇ ਹੁੰਦੇ ਵੀ ਬਾਲੀ ਬਾਰਿਸ਼ ਹੈ ਨਹੀਂ, ਨਾ ਤਾਂ ਪੰਚਾਇਤ ਆ ਨਾ ਸਾਡੀ ਕਮੇਟੀ ਹੈ, ਹੈਗੇ ਮੋਹਤਵਾਰ ਮਤਲਬ ਜਿਹੜੇ ਇੱਥੋਂ ਦੇ ਮਤਲਬ ਲੋਕਲ ਲੀਡਰਸ਼ਿਪ ਆ ਨਾ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਵਾਲੇ ਆ, ਇੱਕ ਦੂਜੇ ਨਾਲ ਆਪਸ ਵਿੱਚ ਬਣਦੀ ਨਹੀਂ, ਕੰਮ ਵੀ ਤਾਂ ਨਹੀਂ ਹੋ ਰਹੇ ਨੇ, ਕਿੱਡਾ ਕੰਮ ਤੁਸੀਂ ਆਪ ਦੇਖ ਲਓ ਨਾ, ਸਾਰੇ ਪਿੰਡਾਂ 'ਚ ਹੁੰਦਾ ਹੀ ਹੈ ਕੰਮ ਹੈ ਕੋਈ ਖਾ, ਇਹ ਬਾਹਲਾ ਵੱਡਾ ਕੰਮ ਨਹੀਂ ਹੈਗਾ, ਕੋਈ ਪੈਪ ਹੀ ਨੰਘਾਉਣੀ ਆ, ਠੀਕ ਹੈਗਾ ਹੱਲ ਹੋ ਜੂਗਾ, ਪੈਪ ਨੰਘਾ ਕੇ ਬਸ ਇਹ ਉਹ ਇਕੱਲਾ ਬੰਦਾ ਉਹ ਕਰੀ ਜਾਂਦਾ, ਇਹਨਾਂ ਨਾਲ ਅੜਕਾ ਲੱਗ ਗਿਆ ਪਿਆ ਹੁਣ ਡੇਢ ਦੋ ਸਾਲ ਘਰ। ਹੁਣ ਮੰਨ ਲਓ ਜੇ ਨਹੀਂ ਕੋਈ ਹੱਲ ਹੁੰਦਾ ਜਾਂ ਕੋਈ ਐਕਸ਼ਨ ਵਗੈਰਾ ਕੋਈ ਸੰਘਰਸ਼ ਵੀ ਕਰੋਗੇ ਫਿਰ ਉਦੋਂ ਬਾਅਦ? ਸੰਘਰਸ਼ ਤਾਂ ਚੱਲੀ ਜਾਊਗਾ ਜੀ, ਹੁਣ ਲਗਾਤਾਰ ਹੀ ਚੱਲੂਗਾ ਜੀ, ਹੁਣ ਵੋਟਾਂ 'ਚ ਮਹੀਨਾ ਰਹਿ ਗਿਆ ਜੀ, ਬਸ ਜਦੋਂ ਐਮ ਪੀ ਆਉਣਗੇ ਉਹਦਾ ਜਲੂਸ ਤਾਂ ਕੱਢਾਂਗੇ, ਫਿਰ ਲਾਜ਼ਮੀ ਰੋਵਾਂਗੇ, ਹਰ ਇੱਕ ਨੂੰ ਕੋਲੇ ਰੋਵਾਂਗੇ ਇਸ ਤਾਂ, ਜਦੋਂ ਦੁਖੀ ਆ ਬੰਦਾ ਰੋਊਗਾ ਲਾਜ਼ਮੀ। ਬਾਕੀ ਮੇਨ ਰਸਤਾ ਹੁਣ ਤਾਂ ਬਾਕੀ ਹੁਣ ਆਉਣਗੇ, ਪਹਿਲਾਂ ਆਇਆ ਕੋਈ ਵੋਟਾਂ ਤੋਂ ਪਹਿਲਾਂ? ਨਹੀਂ ਵੋਟਾਂ ਤੋਂ ਪਹਿਲਾਂ ਤਾਂ ਨਹੀਂ ਕੋਈ ਆਇਆ ਜੀ, ਹੁਣ ਵੈਸੇ ਹੁਣ ਆਉਣਗੇ ਕਿ ਹੁਣ ਪਤਾ ਲੱਗੂ ਉਹਨਾਂ ਨੂੰ ਵੀ ਇੱਥੇ ਵਾੜਦਾ ਕਰਾਂਗੇ ਲਿਆ ਕੇ ਵੀ ਆ ਜਾਓ ਭਾਈ, ਠੀਕ ਹੈ ਨੀ ਗੱਲ, ਉਹਨਾਂ ਨੂੰ ਇੱਥੇ ਪਤਾ ਲੱਗੂ ਵੀ ਹਾਂ ਠੀਕ ਹੈ। ਅੱਛਾ ਜੀ ਆ ਘਰ ਮਤਲਬ ਨਵਾਂ ਕਾਹਤੋਂ ਪਾਉਣ ਲੱਗੇ? ਨਵਾਂ ਜੀ ਇਹ ਪਾਣੀ ਦੇ ਕਰਕੇ ਬਹੁਤ ਪ੍ਰੋਬਲਮ ਹੋ ਚੁੱਕੀ ਹੈ, ਜੋ ਵੀ ਡੱਗ ਵਗੈਰਾ ਸੀਗਾ ਸਭ ਬੰਦ ਹੋ ਚੁੱਕਿਆ ਪਾਣੀ ਨਾਲ, ਇਸ ਕਰਕੇ ਢਾਹ ਕੇ ਦੁਬਾਰੇ ਪਾ ਰਹੇ ਹੈ, ਪਾਣੀ ਦਿੱਕਤ ਕਰਕੇ ਬਹੁਤ ਨੁਕਸਾਨ ਹੋ ਗਿਆ। ਇਹ ਨੁਕਸਾਨ ਪਾਣੀ ਨਾਲ ਹੋਇਆ? ਹਾਂ ਪਾਣੀ ਨਾਲ ਹੋਇਆ ਜੀ। ਕਿੰਨੇ ਕੁ ਰੁਪਈਆਂ ਦਾ ਨੁਕਸਾਨ ਹੋਗਾ ਤੁਹਾਡਾ? ਹੁਣ ਦੱਸ ਨਹੀਂ ਸਕਦੇ ਕੋਈ, ਮਤਲਬ ਸਾਰਾ ਘਰ ਹੀ ਖਰਾਬ ਹੋ ਗਿਆ? ਸਾਰਾ ਘਰ ਹੀ ਖਰਾਬ ਹੋ ਗਿਆ। ਠੀਕ, ਕਿੰਨੇ ਸਮੇਂ ਤੋਂ ਦਿੱਕਤ ਆ ਜੀ ਇਹ? 6 ਮਹੀਨੇ ਸਾਲ ਦੀ ਦਿੱਕਤ ਆ ਰਹੀ ਹੈ ਜੀ। ਠੀਕ ਹੈ, ਹਾਂਜੀ 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 ਹਾਂ ਠੀਕ ਹੈ ਜੀ।